ਸਸੀਕਾਲ ਜੀ ਤੁਸੀਂ ਦੇਖ ਰਹੇ ਹੋ এবੀਪੀ ਸੰਝਾ ਤੇ ਮੈਂ ਤੁਹਾਡੇ ਨਾਲ ਅਮਨਦੀਪ ਸਿੰਘ ਤੇ ਜਦੋਂ ਜ਼ਿਕਰ ਖਾਸ ਤੌਰ ਦੇ ਉੱਤੇ ਪਰਲ ਪੀੜਤਾ ਦਾ ਹੋ ਰਿਹਾ ਹੈ ਤੇ এবੀਪੀ ਸੰਝਾ ਦੇ ਵੱਲੋਂ ਲਗਾਤਾਰ ਪਰਲ ਪੀੜਤਾ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਇਸੇ ਮੱਦੇਨਜ਼ਰ ਅੱਜ ਅਸੀਂ ਪਹੁੰਚੇ ਹਾਂ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਵਿੱਚ ਤੇ ਬਠਿੰਡੇ ਦੇ ਇਸ ਪਿੰਡ ਕੋਟ ਸ਼ਮੀਰ ਦਾ ਜ਼ਿਕਰ ਹੋ ਰਿਹਾ ਹੈ ਤੇ ਖਾਸ ਤੌਰ ਦੇ ਉੱਤੇ ਜ਼ਿਕਰ ਜਦੋਂ ਇਹਨਾਂ ਪਾਲਸੀਆਂ ਦਾ ਹੋ ਰਿਹਾ ਹੈ ਜਿਹੜਾ ਜਿਹੜੀਆਂ ਪਾਲਸੀਆਂ ਇਹਨਾਂ ਲੋਕਾਂ ਦੇ ਵੱਲੋਂ ਆਪਣੇ ਹੱਥਾਂ ਦੇ ਵਿੱਚ ਚੁੱਕੀਆਂ ਹੋਈਆਂ ਨੇ ਕਈ ਸਾਲ ਚੁੱਕੇ ਨੇ ਇਨਸਾਫ ਦੀ ਉਮੀਦ ਇਹਨਾਂ ਲੋਕਾਂ ਦੀ ਜਾਗੀ ਹੈ ਪਰ ਉਹ ਉਮੀਦ ਕਦੋਂ ਪੂਰੀ ਹੋਏਗੀ ਇਹਨਾਂ ਨੂੰ ਇਨਸਾਫ ਕਦੋਂ ਮਿਲੇਗਾ ਹੱਥਾਂ ਦੇ ਵਿੱਚ ਇਹ ਪਾਲਿਸੀਆਂ ਚੁਕੀਆਂ ਹੋਈਆਂ ਨੇ ਕਈਆਂ ਦੀ ਸਿਆਹੀ ਮੁੱਕ ਚੁੱਕੀ ਹੈ ਕਈ ਫਟਣ ਦੀ ਕਾਗਜ਼ ਦੇ ਉੱਤੇ ਨੇ ਪਰ ਅਜੇ ਤੱਕ ਇਹਨਾਂ ਦੀ ਮਿਹਨਤ ਮੁਸ਼ਕਲ ਦਾ ਪੈਸਾ ਵਾਪਸ ਨਹੀਂ ਮਿਲਿਆ ਵਾਪਸ ਕਦੋਂ ਆਏਗਾ ਕਿਉਂਕਿ ਉਡੀਕ ਬੇहद ਲੰਬੀ ਹੋ ਚੁੱਕੀ ਹੈ ਕਈ ਸਾਲ ਬੀਤ ਚੁੱਕੇ ਨੇ ਆਪਣਾ ਪੈਸਾ ਇੱਕ ਗਰੁੱਪ ਦੇ ਹੱਥਾਂ ਦੇ ਵਿੱਚ ਥਮਾ ਚੁੱਕੇ ਨੇ ਉਮੀਦਾਂ ਸਨ ਕਿ ਭਵਿਕ ਸਵਰੇਗਾ ਇਹਨਾਂ ਬੱਚਿਆਂ ਇਹਨਾਂ ਲੋਕਾਂ ਦੇ ਜਿਹੜੇ ਬੱਚੇ ਨੇ ਉਹ ਵਧੀਆ ਐਜੂਕੇਸ਼ਨ ਲੈਣਗੇ ਵਧੀਆ ਵਿਆਹ ਹੋਣਗੇ ਆਪਣੇ ਕਿਸੇ ਨੇ ਮਕਾਨ ਦੇ ਲਈ ਪੈਸਾ ਜਿਹੜਾ ਇਨਵੈਸਟ ਕੀਤਾ ਸੀ ਕਿਸੇ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਲਈ ਤੇ ਕਿਸੇ ਨੇ ਵਿਆਹ ਸ਼ਾਦੀ ਦੇ ਲਈ ਪਰ ਸਿਰਫ ਤੋਂ ਸਿਰਫ ਜਿਹੜੇ ਸੁਪਨੇ ਸੀ ਉਹ ਸੁਪਨੇ ਰਹਿ ਕੇ ਨੇ ਹੁਣ ਤੱਕ ਸਾਕਾਰ ਨਹੀਂ ਹੋਏ ਕਿ ਕੋਈ ਇਹਨਾਂ ਦੀ ਗੱਲ ਸੁਣੇਗਾ ਜਾਂ ਫਿਰ ਜਿਹੜਾ ਸੰਘਰਸ਼ ਹੈ ਉਹ ਲੰਬਾ ਹੁੰਦਾ ਜਾਏਗਾ ਤੇ ਜਦੋਂ ਜ਼ਿਕਰ ਇਹਨਾਂ ਲੋਕਾਂ ਦਾ ਹੋ ਰਿਹਾ ਹੈ ਪੰਜਾਬ ਭਰ ਦੇ ਵਿੱਚ ਅਸੀਂ ਦੇਖਿਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਮੁਸ਼ਕਲ ਦਾ ਪੈਸਾ ਲਗਾਇਆ ਤੇ ਅੱਜ ਉਹਨਾਂ ਦੇ ਵਿੱਚੋਂ ਹੀ ਇਸ ਪਿੰਡ ਦੇ ਜਿਹੜੇ ਲੋਕ ਨੇ ਉਹ ਪਹੁੰਚੇ ਨੇ ਤੇ ਜਦੋਂ ਜ਼ਿਕਰ ਇਨਸਾਫ ਦਾ ਹੋ ਰਿਹਾ ਤੁਹਾਨੂੰ ਲੱਗਦਾ ਵੀ ਇੰਤਜ਼ਾਰ ਜਿੰਨਾ ਲੰਬਾ ਹੋ ਰਿਹਾ ਉਹ ਹੁਣ ਖਤਮ ਹੋਏਗਾ ਤੁਹਾਨੂੰ ਜਿਹੜੇ ਤੁਹਾਡੇ ਪੈਸੇ ਨੇ ਉਹ ਵਾਪਸ ਮਿਲਣਗੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਇਹ ਵੀ ਸਾਂਝਾ ਜਿਹੜਾ ਚੈਨਲ ਹੈ ਜੀ ਇਨਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੋ ਪਿੰਡ ਕੋੜਸ਼ਮੀਰ ਦੇ ਵਿੱਚ ਲੈ ਕੇ ਆਏ ਹੋ ਤੁਸੀਂ ਤਾਂ ਇਹ ਗਰੀਬ ਲੋਕਾਂ ਦਾ ਜਿਹੜਾ ਪੈਸਾ ਲੱਗਿਆ ਉਸ ਨੂੰ ਦਬਾਉਣ ਵਾਸਤੇ ਤੁਸੀਂ ਬੜੀ ਮਿਹਨਤ ਕਰ ਰਹੇ ਹੋ ਲਗਭਗ ਮੈਨੂੰ ਲੱਗਦਾ ਮਹੀਨਾ ਇੱਕ ਹੋ ਚੁੱਕਿਆ ਜੀ ਤੁਹਾਨੂੰ ਵੀ ਪਿੰਡ-ਪਿੰਡ ਜਾ ਕੇ ਜਿਹੜਾ ਇਹ ਗਰੀਬ ਲੋਕਾਂ ਦੇ ਪੈਸੇ ਖਾਤਰ ਤੁਸੀਂ ਵੀ ਲੜਾਈ ਦੇ ਨਾਲ ਸਹਿਯੋਗ ਦੇ ਰਹੇ ਹੋ ਤਾਂ ਜਿਹੜੀ ਇਨਸਾਫ ਦੀ ਆਵਾਜ਼ ਜੱਥੇਬੰਦੀ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਮਹਿੰਦਰਪਾਲ ਸਿੰਘ ਜੀ ਦਾਣਗੜ ਕਮੇ ਪ੍ਰਧਾਨ ਜਿਨ੍ਹਾਂ ਨੇ 8 ਸਾਲ ਤੋਂ ਲੈ ਕੇ ਹੁਣ ਤੱਕ ਸੰਘਰਸ਼ ਜਿਹੜਾ ਜਾਰੀ ਰੱਖਿਆ ਹੈ ਤਾਂ ਹੁਣ ਵੀ ਜਾਰੀ ਹੈ ਜੀ ਹੁਣ ਵੀ ਸੰਘਰਸ਼ ਬਹੁਤ ਹੋ ਰਿਹਾ ਹੈ ਤਾਂ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਗਰੀਬ ਲੋਕਾਂ ਦੇ ਪੈਸੇ ਖਾਤਰ ਵੀ ਇਹਨਾਂ ਗਰੀਬ ਲੋਕਾਂ ਦਾ ਪੈਸਾ ਜਿਹੜਾ ਉਹ ਜਲਦੀ ਮਿਲੇ ਤਾਂ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜੀ ਬਾਦਲ ਸਰਕਾਰ ਆਈ ਤਾਂ ਉਹਨਾਂ ਨੇ ਇੱਕ ਵੱਡੀ ਕਮਪ ਕਰਵਾਏ 5 ਸਾਲ ਤਾਂ ਕਬੱਡੀ ਕੱਪ ਦੇ ਨਾਲ ਜਿਹੜਾ ਇਹ ਸੀਆ ਇਹਨਾਂ ਨੇ ਮਤਲਬ ਲੋਕਾਂ ਦੇ ਵਿੱਚ ਜਾਗਰਤੀ ਦਿੱਤੀ ਵੀ ਕਬੱਡੀ ਕੱਪ ਪਰ ਦੇ ਨਾਮ ਤੇ ਹੋਏ ਤਾਂ ਪੈਸਾ ਇਹਨਾਂ ਲੋਕਾਂ ਦਾ ਲੱਗਿਆ ਜੀ ਗਰੀਬ ਲੋਕਾਂ ਦਾ ਹੋ ਸਕਦੇ ਤਾਂ 5 ਸਾਲ ਸਰਕਾਰ ਬਣਾਈ ਉਸ ਤੋਂ ਬਾਅਦ ਆ ਗਈ ਕੈਪਟਨ ਦੀ ਸਰਕਾਰ ਜੀ ਤਾਂ ਉਹਨਾਂ ਨੇ ਵੀ ਇਹੀ ਕੰਮ ਕਰੇ ਜੀ ਤਾਂ ਉਹਨਾਂ ਦੇ ਜਿਹੜੇ ਇਹ ਜ਼ਮੀਨਾਂ ਤੇ ਕਬਜ਼ੇ ਸੀਗੇ ਪਰਲ ਕੰਪਨੀ ਦੇ ਜ਼ਮੀਨਾਂ ਜਿੰਨੀਆਂ ਵੀ ਪ੍ਰਾਪਰਟੀਆਂ ਹੈਗੀਆਂ ਉਹਨਾਂ ਤੇ ਇਹਨਾਂ ਅਕਾਲੀਆਂ ਦੇ ਕਬਜ਼ੇ ਸੀ ਪਹਿਲਾਂ ਉਸ ਤੋਂ ਬਾਅਦ ਕਾਂਗਰਸੀ ਸਰਕਾਰ ਆਈ ਤਾਂ ਕਾਂਗਰਸ ਦੇ ਲੀਡਰਾਂ ਦੇ ਕਬਜ਼ੇ ਆ ਜੀ ਇਹਨਾਂ ਤੇ ਤਾਂ ਕਰਕੇ ਸਾਡੀ ਆਵਾਜ਼ ਹੈ ਜਿਹੜੀ ਅੱਜ ਤੱਕ ਇਹਨਾਂ ਸਰਕਾਰਾਂ ਨੇ ਨਹੀਂ ਚੁੱਪੀ ਤਾਂ ਹੁਣ ਅਸੀਂ ਭਗਵਾਨਤਮਾਨ ਜੀ ਤੋਂ ਇਹੀ ਉਮੀਦਾਂ ਲੈ ਕੇ ਚੱਲੇ ਹੋਏ ਆ ਵੀ ਇਹ ਸਾਡੀ ਜਿਹੜੀ ਆਸਾ ਇਹ ਪੂਰੀ ਕਰਨਗੀ ਜੀ ਤਾਂ ਕਿ ਇਹਨਾਂ ਨੇ ਕੇਜਰੀਵਾਲ ਸਾਹਿਬ ਵੀ ਵੋਟਾਂ ਤੋਂ ਪਹਿਲਾਂ ਆਏ ਤਾਂ ਉਹਨਾਂ ਨੇ ਵੀ ਗਾਰੰਟੀ કરી ਵੀ ਜਿਹੜਾ ਕੰਪਨੀਆਂ ਦੇ ਵਿੱਚ ਪੈਸਾ ਲੱਗਿਆ ਪਰਲ ਕੰਪਨੀ ਦੇ ਪੈਸਾ ਲੱਗਿਆ ਵੀ ਅਸੀਂ ਇਹ ਪੈ ਦੇ ਆਧਾਰ ਤੇ ਇਹ ਲੋਕਾਂ ਨੂੰ ਦਬਾਵਾਂਗੇ ਅਜਾ ਹੁਣ ਤੁਹਾਡੇ ਕਿੰਨੇ ਪੈਸੇ ਲੱਗੇ ਨੇ ਕੋਲ ਮੇਰਾ 4 ਲੱਖ ਰੁਪਿਆ ਲੱਗਿਆ ਜੀ ਤਾਂ ਮੇਰਾ ਡਬਲ ਹੋਣਾ ਸੀਗਾ ਜਿਹੜਾ 6 ਸਾਲਾਂ ਦਾ 8 ਲੱਖ ਰੁਪਿਆ 8 ਲੱਖ ਰੁਪਿਆ ਮੈਨਣਾ ਸੀ ਮੇਰੀਆਂ ਤਿੰਨ ਬੇਟੀਆਂ ਜੀ ਤਾਂ ਬੇਟੀਆਂ ਦੇ ਵਿਆਹ ਕਰਨੇ ਸੀਗੇ ਇਸ ਟਾਈਮ ਇੱਕ ਬੇਟੀ ਰਹਿ ਗਈ ਜੀ ਦੋ ਬੇਟੀਆਂ ਦੇ ਵਿਆਹ ਹੋ ਗਏ ਜੀ ਤਾਂ ਮਤਲਬ ਸਾਡੀਆਂ ਉਮੀਦਾਂ ਜਿਹੜੀਆਂ ਸੀਗੀਆਂ ਉਹ ਖਰੀਆਂ ਨਹੀਂ ਉੱਤਰੀਆਂ ਜਿਹੜੀਆਂ ਜ਼ਰੂਰਤਾਂ ਦੇ ਲਈ ਪੈਸਾ ਲਗਾਇਆ ਉਹ ਤਾਂ ਉਸ ਵੇਲੇ ਤੁਹਾਨੂੰ ਪੈਸੇ ਨਹੀਂ ਮਿਲੇ ਹੈਗੇ ਹਾਂਜੀ ਹਾਂਜੀ ਤਾਂ ਅਸੀਂ ਹੁਣ ਭਗਵੰਤ ਮਾਨ ਜੀ ਤੋਂ ਇਹੀ ਉਮੀਦ ਕਰਦੇ ਆ ਕਿਉਂਕਿ ਇਹਨਾਂ ਨੇ ਹੁਣ ਮੁੱਦਾ ਵੀ ਚੁੱਕਿਆ ਹੋਇਆ ਹੈ ਜੀ ਇਹਨਾਂ ਨੇ ਵੀ ਬੋਲਿਆ ਪਰ ਜਿਵੇਂ ਅਸੀਂ ਜ਼ਿਕਰ ਕਰਦੇ ਆ ਵੀ ਤੁਹਾਡੇ ਪਰਿਵਾਰ ਦਾ ਕੀ ਕੰਮ ਕਰਦੇ ਸੀ ਤੁਸੀਂ ਜਦੋਂ ਇਹ ਪੈਸਾ ਤੁਸੀਂ ਲਗਾਇਆ ਹੈ ਉਹ ਪੈਸਾ ਤੁਸੀਂ ਜੋੜਿਆ ਕਿਵੇਂ ਕਿਵੇਂ ਇਨਵੈਸਟ ਕੀਤਾ ਕੰਪਨੀ ਦੇ ਵਿੱਚ ਲਗਾਇਆ ਸਲਾਈ ਦਾ ਕੰਮ ਕਰਦੇ ਸੀਗੇ ਜੀ 30 ਸਾਲ ਅਸੀਂ ਸਲਾਈ ਦਾ ਕੰਮ ਕਰਿਆ ਤਾਂ ਅਸੀਂ ਥੋੜਾ ਥੋੜਾ ਕਰਕੇ ਜਮਾ ਕਰਵਾਉਂਦੇ ਰਹੇ ਕਿਉਂਕਿ ਬੇਟੀਆਂ ਵੱਡੀਆਂ ਸੀ ਬੇਟਾ ਛੋਟਾ ਸੀਗਾ ਇਸ ਕਰਕੇ ਵੀ ਬੇਟੀਆਂ ਦੀ ਵਿਆਹ ਵੀ ਕਰਾਂਗੇ ਉਦੋਂ ਪਹਿਲਾਂ ਪੜ੍ਹਾਈਆਂ ਵੀ ਕਰਾਉਣੀਆਂ ਆ ਉਹਨਾਂ ਦੀਆਂ ਤਾਂ ਸਾਨੂੰ ਥੋੜੀ ਥੋੜੀ ਪੈਸੇ ਨਾਲ ਇਹ ਜ਼ਰੂਰਤਾਂ ਸਾਡੀਆਂ ਜਿਹੜੀਆਂ ਪੂਰੀਆਂ ਹੋਣਗੀਆਂ ਲੇਕਿਨ ਅੱਜ 12 ਸਾਲ ਹੋ ਗਏ ਜੀ ਤਾਂ ਸਾਡਾ ਖੜੀ ਤਿੱਕਰ ਪੈਸਾ ਨਹੀਂ ਮਿਲਿਆ ਅਸੀਂ ਦਰਦ ਦੀਆਂ ਠੋਕਰਾਂ ਵੀ ਖਾ ਰਹੇ ਹਾਂ ਤਾਂ ਇਸ ਕਰਕੇ ਅਸੀਂ ਜਿਹੜੇ ਗਰੀਬ ਲੋਕਾਂ ਦਾ ਪੈਸਾ ਲੱਗਿਆ ਹੋਇਆ ਸੀ ਉਹਦੇ ਵਾਸਤੇ ਵੀ ਅਸੀਂ ਸੰਘਰਸ਼ ਜਾਰੀ ਰੱਖਿਆ ਜੀ ਅੱਜ ਤੋਂ 8 ਸਾਲ ਪਹਿਲਾਂ ਤੋਂ ਲੱਗੇ ਹੋਏ ਹਾਂ ਜੀ 2014 ਤੋਂ 15 ਦੇ 14 ਦੇ ਵਿੱਚ ਕੰਪਨੀ ਬੰਦ ਹੋਊਗੀ ਤਾਂ ਉਸ ਤੋਂ ਬਾਅਦ ਅਸੀਂ ਸੰਘਰਸ਼ ਇਹ ਰੱਖਿਆ ਜੀ ਤਾਂ ਸੁਪਰੀਨ ਕੋਰਟ ਤੋਂ ਵੀ ਫੈਸਲਾ ਹੋ ਚੁੱਕਿਆ ਜੀ ਉਹ ਵੀ ਕਰਵਾਇਆ ਤਾਂ ਇਸ ਕਰਕੇ ਹੁਣ ਲਗਾਤਾਰ ਸਾਡਾ ਜਿਹੜਾ ਇਹ ਸੰਘਰਸ਼ ਚੱਲੂ ਯਾਰੀ ਹੈ ਕੰਨ ਦੀ ਠੀਕ ਹੈ ਤੁਹਾਡਾ ਕੀ ਨਾਮ ਹੈ ਪੂਸ਼ਨ ਕੁਮਾਰਾ ਜੀ ਅੱਛਾ ਪੂਸ਼ਨ ਜੀ ਇਹ ਜਿਹੜੀ ਪਾਲਸੀ ਮੈਂ ਦੇਖ ਰਿਹਾ ਹਾਂ 2010 ਦੀ ਹੈ ਇਹ ਕਿਹਦੀ ਪਾਲਸੀ ਹੈਗੀ ਹੈ ਆਪਣੀ ਆਈ ਪੂਸ਼ਨ ਕੁਮਾਰ ਦੀ ਗੁੱਡੀ ਗੁੱਡੀ ਨਾਂ ਤੇ ਹੈ ਜੀ ਗੁੱਡੀ ਦੇ ਨਾਂ ਤੇ ਹਾਂਜੀ ਅੱਛਾ ਕਿੰਨੇ ਪੈਸੇ ਤੁਸੀਂ ਕਿੰਨੀਆਂ ਪਾਲਸੀਆਂ ਤੁਸੀਂ ਕਰਵਾਈਆਂ ਹੋਈਆਂ ਦੋ ਕਰਵਾਈਆਂ ਜੀ 4-4 ਲੱਖ ਦੀਆਂ ਜੀ 4-4 ਲੱਖ ਦੀਆਂ ਦੋ 8 ਲੱਖ ਤੁਸੀਂ ਇਨਵੈਸਟ ਕੀਤਾ ਹੋਇਆ ਹਾਂਜੀ ਦੁੱਗਲੇ ਮੈਨੇ ਖੁੱਲ ਤੁਹਾਨੂੰ 16 ਲੱਖ ਮਿਲਣਾ ਸੀ ਹਾਂਜੀ ਹਾਂਜੀ ਇੰਨਾ ਪੈਸਾ ਤੁਸੀਂ ਕਿਉਂ ਜਮ੍ਹਾਂ ਕਰਵਾ ਦਿੱਤਾ ਅਸੀਂ ਜੀ ਕਿਸ ਤਰ੍ਹਾਂ ਸਾਡਾ ਭਾਈ ਏਜੰਟ ਸੀਗਾ ਜੀ ਉਹ ਬਸ ਬਲੋਕ ਹੀ ਉਹ ਗੱਪ-ਗੱਪੇ ਮਰੀ ਗਿਆ ਵੀ ਦੁਗਣੇ ਦੇਵਾ ਦਾਂਗੇ ਐਂ ਕਰ ਲਾਂਗੇ ਗੁੜੀਆਂ ਦੇ ਵਿਆਹ ਕਰਨੇ ਆ ਗੁੜੀਆਂ ਮਟਿਆਰਾਂ ਦੀ ਹੂੰ ਹੂੰ ਤਿੰਨ ਸਾਲਾਂ ਤੋਂ ਦੁਗਣੇ ਹੁਣ ਤੁਹਾਨੂੰ ਪੈਸੇ ਦੀ ਲੋੜ ਹੈ ਆਪਣੀਆਂ ਲੜਕੀਆਂ ਦੇ ਵਿਆਹ ਦੇ ਲਈ ਹਾਂਜੀ ਹਾਂਜੀ ਲੋੜ ਹੈ ਲੜਕਣ ਦੇ ਵਿਆਹ ਕਰਨੇ ਜੀ ਹੁਣ ਹੂੰ ਕੋਈ ਪੰਜੀ ਨਹੀਂ ਮਿਲਦੀ ਜੀ ਅੱਜ ਤੱਕ ਉਹ 12 ਸਾਲ ਹੋ ਗਏ ਨੇ ਤੁਹਾਡੀ ਪਾਲਿਸੀ ਨੂੰ 12 ਸਾਲ ਹੋ ਗਏ ਏ ਮੈਂ ਦੇਖ ਰਿਹਾ ਵੀ 2016 ਦੇ ਵਿੱਚ ਇਹ ਤੁਹਾਡੀ ਮੈਚure ਹੋਣੀ ਸੀਗੀ 2016 'ਚ ਤੁਹਾਨੂੰ ਪੈਸੇ ਮਿਲਣੇ ਸੀ ਪਰ ਹੁਣ 2022 ਆ ਗਿਆ ਹਜੇ ਹੁਣ ਤੱਕ ਕੀ ਕਰਦੇ ਰਹੇ ਹੋ ਕਿਵੇਂ ਆਪਣੇ ਪੈਸਾ ਵਾਪਸ ਕਰਵਾਉਣ ਦੇ ਲਈ ਸਰਕਾਰ ਤੱਕ ਤੁਸੀਂ ਗਹਾਰ ਲਈ ਹੋਵੇ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਲੰਘੇ ਹੋ ਹੋ ਗਏ ਹਜੇ ਅਜੇ ਕੋਈ ਸਾਡੇ ਕੋਲ ਹਾਲ ਹੀ ਨਹੀਂ ਹੋਇਆ ਜੀ ਕੋਈ ਸਾਡੀ ਸੁਣੀ ਨਹੀਂ ਕਿਸੇ ਨੇ ਜੀ ਕੋਈ ਉਹ ਜਾਂਟਾਂ ਕੋਲ ਵੀ ਜਾਂਦੇ ਰਹੇ ਕੋਈ ਸੁਣਵਾਈ ਨਹੀਂ ਹੋਈ ਹੱਟ ਜੀ ਕਿਸੇ ਨੇ ਕੋਈ ਪੁੱਛਣਾ ਜੀ ਕੁਝ ਕਰਦੇ ਨੇ ਤਾਂ ਅਸੀਂ ਤਾਂ ਮਖਾ ਇਕੱਠੇ ਕਰੀ ਕਿਸ਼ਤਾਂ ਨਾਲ ਹੌਲੀ ਹੌਲੀ ਭਰੇ ਸੀ ਕੀ ਕੰਮ ਕੀ ਕਰਦੇ ਸੀ ਖੇਤੀਬਾੜੀ ਦਾ ਕੰਮ ਕਰਦੇ ਸੀ ਖੇਤੀਬਾੜੀ ਦਾ ਹਾਂ ਜੀ ਕਿਵੇਂ-ਕਿਵੇਂ ਪੈਸੇ ਜੋੜੇ ਤੁਸੀਂ ਕਿਸ਼ਤਾਂ ਨਾਲ ਜੀ ਉਹ ਕਿਵੇਂ ਫਸਲ ਆ ਗਈ ਕਿਸੋ ਦੋ ਜਾਂ ਇਕੱਠਾ ਕਰ ਲੈ ਚਾਰ ਕਰ ਲੈ ਆਏ ਭਰੀ ਗਈ ਹੌਲੀ-ਹੌਲੀ 15 ਸਾਲਾਂ ਚ ਤੇ ਮਿਹਨਤ ਦਾ ਤੁਸੀਂ ਪੈਸਾ ਕਿਸ਼ਤਾਂ ਤੁਸੀਂ ਜੋੜੀਆਂ ਮਿਹਨਤ ਕਰ-ਕਰ ਕੇ ਤੁਹਾਨੂੰ ਲੱਗਦਾ ਵੀ ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਪੈਸਾ ਨਹੀਂ ਮਿਲਿਆ ਜ਼ਿੰਮੇਵਾਰ ਕਿਨੂੰ ਮੰਨਦੇ ਹੋ ਸੀ ਸਰਕਾਰ ਨੂੰ ਜੀ ਤੁਹਾਡਾ ਤੁਹਾਨੂੰ ਚਾਹੀ ਜੀ ਦਾ ਪੈਸੇ ਦਵਾਉ ਲੋਕਾਂ ਦੇ ਗਰੀਬ ਬੰਦੇ ਚਾਰੇ ਕਿਸੇ ਨੇ ਕਿਵੇਂ ਕਰੇ ਕਿਸੇ ਨੇ ਕਿਵੇਂ ਕਰੇਗਾ ਤੁਹਾਡਾ ਕੀ ਨਾਮ ਬਾਪੂ ਜੀ ਜਗਰਾਤ ਸਿੰਘ ਆ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ ਹੈ ਜੀ 70 ਸਾਲ ਦੀ 70 ਸਾਲ ਇਹ ਜਿਹੜੀਆਂ ਪਾਲਸੀਆਂ ਇਹ ਤੁਸੀਂ ਕਰਵਾਈਆਂ ਸੀਗੀਆਂ ਇਹ ਆਪਣਾ ਜੀ ਹਾਂ ਪੋਤੀਆਂ ਦੇ ਨਾਮ ਕਰਾਈਆਂ ਸੀ। ਪੋਤੀਆਂ ਦੇ ਨਾਮ ਦੇ ਲਈ ਹਾਂਜੀ ਹਾਂਜੀ ਮੈਂ ਦੇਖ ਰਿਹਾ ਤੁਹਾਡੀ ਤਾਂ ਬਹੁਤ ਜ਼ਿਆਦਾ ਪੁਰਾਣੀ 2005 ਦੀ ਹੈ। ਹਾਂਜੀ ਹਾਂਜੀ ਕੁੱਲ ਕਿੰਨੇ ਪੈਸੇ ਜਮ੍ਹਾਂ ਤੁਸੀਂ ਕਰਵਾਏ ਸੀ? ਅਸੀਂ ਜੀ ਉਹ 50-50000 ਰੁਪਇਆ ਕਰਾਇਆ ਸੀ। ਦੋ ਪਾਲਸੀਆਂ ਅਸੀਂ ਕਰਵਾਈਆਂ ਹੋਈਆਂ 50-50000 ਦੀਆਂ। ਯਾਨੀ 1 ਲੱਖ ਤੁਸੀਂ ਜਮ੍ਹਾਂ ਕਰਵਾ ਦਿੱਤਾ। ਹਾਂਜੀ ਹਾਂਜੀ ਮਿਲਣਾ ਕਿੰਨਾ ਸੀ? ਮਿਲਣਾ ਹੁਣ ਉਹ ਤਾਂ ਵੇਖੋ ਜੀ ਮੀਂਹ ਨਾ ਆਪਣਾ ਟਾਈਮ ਤੇ ਵੱਧ ਗਿਆ। ਜਿਵੇਂ ਇਹਨਾਂ ਨੇ ਕਿ ਵੀ ਦੁੱਗਣੇ ਹੋ ਕੇ ਮਿਲਦੇ। ਯਾਨੀ ਮੰਨ ਕੇ ਚੱਲੀਏ ਵੀ 2 ਲੱਖ ਰੁਪਇਆ ਤੁਹਾਨੂੰ ਮਿਲਣਾ ਸੀ। ਮਿਲਣਾ ਸੀ ਹਾਂਜੀ ਹਾਂ ਤੇ ਜਿਹੜਾ ਕਿਤਾ ਤੁਸੀਂ ਕੀ ਕਰਦੇ ਸੀ ਕੰਮ ਕੀ ਕਰਦੇ ਸੀ ਖੇਤੀਬਾੜੀ ਕਰਦੇ ਸੀ ਖੇਤੀਬਾੜੀ ਹਾਂਜੀ ਤੇ 2005 ਦੀ ਤੁਹਾਡੀ ਪਾਲਸੀ ਹੈ ਤੁਸੀਂ ਜ਼ਿਕਰ ਕੀਤਾ ਵੀ ਪੋਤੀਆਂ ਦੇ ਨਾਂ ਦੇ ਉੱਤੇ ਪਾਲਸੀ ਕਰਵਾਈ ਹੈ ਇਹ ਪੈਸੇ ਕੁਸਤਾ ਮੇਲਾ ਇਹ ਵੀ ਆਪਾਂ ਭਰ ਦਿਆਂਗੇ ਜਦੋਂ ਅਸੀਂ ਆਪਾਂ ਸਾਧੀਆਂ ਕਰਨੀਆਂ ਗੁੱਡੀਆਂ ਦੀਆਂ ਉਹਦੋਂ ਪੈਸੇ ਕਾਫੀ ਹੋ ਜਾਣਗੇ ਮਦਦ ਹੋ ਜੂ ਨਾਲ ਕਾਰਜ ਕਰਨ ਅੱਛਾ ਇੰਨੇ ਸਾਲ ਬੀਤ ਗਏ 2005 ਦੀ ਤੁਹਾਡੀ ਪਾਲਿਸੀ ਹੈ ਪੈਸੇ ਮਿਲੇ ਕਿਉਂ ਨਹੀਂ ਕਾਰਨ ਕੀ ਮੰਦੇ ਹੋ ਜ਼ਿੰਮੇਵਾਰ ਕੌਣ ਹੈ ਬਹੁਤ ਵਾਰਾਂ ਗਏ ਸਾਂ ਜੀ ਜ਼ਿੰਮੇਵਾਰ ਤਾਂ ਸਰਕਾਰੀ ਸੀ ਤੇ ਕੁਝ ਨਹੀਂ ਮਿਲੇ ਕੱਟਕੁੱਟ ਬਹੁਤ ਹੋਈ ਅਖੀਰ ਨੂੰ ਕਹਿੰਦੇ ਵੀ ਇਹ ਖਦਮੀ ਹੋ ਚੁੱਕਿਆ ਜਗਾਰ ਤੋਂ ਨੂੰ ਮਿਲਦੇ ਨਹੀਂ ਪਰ ਜਿਵੇਂ ਤੁਸੀਂ ਉਮੀਦ ਤਾਂ ਅੱਜ ਵੀ ਹੋਏਗੀ ਜਿਹੜੇ ਕਾਗਜ਼ ਅੱਜ ਤੱਕ ਸੰਭਾਲੇ ਹੋਏ ਨੇ ਇਹ ਤਾਂ ਤੁਹਾਡੇ ਤਾਂ ਕਾਗਜ਼ ਵੀ ਕਰੀਬ ਮੰਨ ਕੇ ਚੱਲੀਏ ਵੀ 15 ਸਾਲ ਪੁਰਾਣੇ ਨੇ ਹਾਂ ਹਾਂ 15 ਸਾਲ ਪੁਰਾਣੇ ਹੈ ਜੀ ਹਾਂ ਤੇ ਹੁਣ ਮਿਲੇ ਨਹੀਂ ਜੀ ਫਿਰ ਇੱਕ ਗੁੜਗਾ ਦਾ ਵਿਆਹ ਧੀ ਹੁਣ ਉਮੀਦ ਹੈ ਲੱਗਦੀ ਕੋਈ ਵੀ ਵੀ ਚਲੋ ਤੁਹਾਡੇ ਮਿਹਨਤ ਦੇ ਪੈਸੇ ਤੁਹਾਡੇ ਮੁੜ ਖਾਤੇਆਂ ਚ ਚਾਹਣਗੇ ਹੁਣ ਸਰਕਾਰਾਂ ਦੇ ਸਾਰੇ ਆ ਜੀ ਜੇ ਦੇਣ ਹੋ ਮੁੱਖ ਮੰਤਰੀ ਨੰਬੇਮ ਪ੍ਰਮੋਤਮਾਨ ਸਿੰਘ ਉਹ ਦਵਾ ਸਕਦੇ ਆਂ ਜੀ ਤੇ ਮਗਰ ਲੈਂਦਾ ਕੁਝ ਨਹੀਂ ਕਰਿਆ ਕਿਸੇ ਨੇ ਗੌਰ ਹੀ ਨਹੀਂ ਕਰੀ ਵੀ ਕਿੱਥੇ ਤੁਹਾਡੀ ਚੀਜ਼ ਆ ਕਿੱਥੇ ਨਹੀਂ ਐਸਾ ਬਹੁਤ ਚਿਰ ਦਾ ਜਮਾ ਹੋਇਆ ਬਾਦਲ ਵੀ ਕਿਦਾ ਰਲੇ ਸੀ ਬਾਦਲ ਕੇ ਸਾਰੇ ਇਹ ਵਿੱਚੇ ਕੈਪਟਨ ਆ ਆਪ ਹੀ ਖਾਈ ਗਿਆ ਇਹ ਵਿੱਚੇ ਕੋਟੀਆਂ ਕੱਪ ਕਰਾਈ ਗਿਆ ਕਿਤੇ ਕੁਝ ਕਰਾਈ ਗਿਆ ਅਗਲ ਤੋਂ ਸਾਰੇ ਨੇ ਬਾਦਲ ਕੇ ਸੀ ਵਿੱਚੇ ਠੀਕ ਹੈ ਅਜਾ ਜ਼ਿਕਰ ਜਿਵੇਂ ਪੰਜਾਬ ਪਰ ਦੇ ਵਿੱਚ ਹੁੰਦਾ ਹੈ ਵੀ ਜਿਹੜੇ ਪੈਸੇ ਨੇ ਪਰਲ ਪੀੜਤਾਂ ਦੇ ਹਰ ਇੱਕ ਨੂੰ ਉਮੀਦ ਹੈ ਵੀ ਵਾਪਸ ਹੋਣਗੇ ਉਮੀਦ ਇਸ ਕਰਕੇ ਹੈ ਕਿਉਂਕਿ ਕਈ ਸਾਲ ਬੀਤਣ ਦੇ ਬਾਵਜੂਦ ਵੀ ਕਾਗਜ਼ ਇਹਨਾਂ ਦੇ ਹੱਥਾਂ ਦੇ ਵਿੱਚ ਅੱਜ ਵੀ ਸੰਭਾਲੇ ਹੋਏ ਨੇ ਤੋਂ ਲੱਗਦਾ ਵੀ ਇਹ ਜਿਹੜੀ ਉਮੀਦ ਹੈ ਉਹ ਖਤਮ ਹੋ ਜੇਗੀ ਮਿਹਨਤ ਦਾ ਪੈਸਾ ਵਾਪਸ ਖਾਤਿਆਂ ਜਾਏਗਾ ਗਰੀਬ ਲੋਕਾਂ ਦੀ ਗੱਲ ਹੈ ਸਰਕਾਰ ਜਾਂ ਜਿਹੜਾ ਕਾਨੂੰਨ ਹੈ ਉਹ ਇਹਨਾਂ ਨੂੰ ਨਿਆਂ ਦਵਾਏਗਾ ਪਹਿਲਾਂ ਤਾਂ ਇਹ ਵੀ ਪੀ ਸਾਂਝਾ ਚੈਨਲ ਦਾ ਸੀ ਧੰਨਵਾਦ ਕਰਦੇ ਆਂ ਇਨਸਾਫ ਦੀ ਵਜ੍ਹਾ ਤੇ ਬੰਦੀ ਹੁੰਦੀ ਹਣੀ ਤੇ ਅਸੀਂ ਲੱਗੇ ਹੋਏ ਹਾਂ ਜੀ 2014 ਚ ਕੰਪਨੀ ਬੰਦ ਹੋਈ ਸੀ ਤੇ 15 ਤੋਂ ਲੈ ਕੇ 15 ਅਸੀਂ ਤਿੰਨ ਜ਼ਿਲ੍ਹੇ ਇਕੱਠੇ ਹੋਏ ਸੀ ਜੀ ਮਾਂਸਾ ਚੰਗਰੂਰ ਤੇ ਬਰਨਾਲਾ ਤੇ ਉਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ 'ਚ ਮਤਲਬ ਸਾਡੀਆਂ ਕਮੇਟੀਆਂ ਬਣੀਆਂ ਇਨਸਾਫ ਦੀ ਆਵਾਜ਼ ਦੀਆਂ ਸਾਰੇ ਮਤਲਬ ਤਰਨੇ ਜਾਰੀ ਕਰਕੇ ਤੇ ਮੰਗ ਪੱਤਰ ਦਿੱਤੇ ਡੀਸੀ ਸਾਹਿਬਾਨਾਂ ਨੂੰ ਤੇ ਉਹਨਾਂ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਕਿਉਂਕਿ ਪਹਿਲਾਂ ਦੱਸ ਚੁੱਕੇ ਆ ਸਾਡੇ ਸਾਥੀ ਬੰਗੀ ਸਾਹਿਬ ਤੇ ਮਹਿੰਦਰਪਾਲ ਸਿੰਘ ਦਾਨਗੜ ਜੀ ਦੀ ਗਵਾਈ ਹੇਠ ਅਸੀਂ ਸਾਰੇ ਮੰਗ ਪੱਤਰ ਭੇਜੇ ਮੁੱਖ ਮੰਤਰੀ ਬਾਦਲ ਸਾਹਿਬ ਨੂੰ ਪਹਿਲਾਂ ਬਾਦਲ ਸਾਹਿਬ ਦੀ ਸਰਕਾਰ ਸੀ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਉਸ ਤੋਂ ਬਾਅਦ ਫੇਰ ਅਸੀਂ ਮਤਲਬ ਕਿਹੜਾ ਨਹੀਂ ਮਤਲਬ ਐਮ ਐਲ ਏ ਐਮ ਪੀ ਜੀ ਦੇ ਕੋਲ ਗਏ ਨਹੀਂ ਆਵਾਜ਼ ਨਹੀਂ ਉਠਾਈ ਇਹਨਾਂ ਲੋਕਾਂ ਦੀ ਗਰੀਬ ਲੋਕਾਂ ਦੀ ਤੇ ਵੀ ਇਹ ਪਰਲ ਦੇ ਪੈਸੇ ਮਿਲ ਸਕਦੇ ਆ ਹੋਰ ਨਹੀਂ ਮਿਲ ਸਕਦੇ ਆ ਜੀ ਕਿਉਂਕਿ ਜਿੰਨੀ ਮਤਲਬ ਇਹਨਾਂ ਦੀ ਦੇਣਦਾਰੀ ਹੈ ਉਦੋਂ ਮਤਲਬ ਤਿੱਗਣੀ ਜਾਇਦਾਦ ਪੰਜਾਬ ਦੇ ਵਿੱਚ ਹੀ ਪਈ ਆ ਇਹਨਾਂ ਦੀ ਪ੍ਰਾਪਰਟੀ ਉਹ ਵੇਚ ਕੇ ਦਿੱਤੇ ਜਾ ਸਕਦੇ ਆ ਜੀ ਨਾਲ ਇੱਕ ਹਰਿਆਣਾ ਸਟੇਟ ਤੇ ਅੱਧਾ ਹਿਮਾਚਲ ਵੀ ਆ ਸਕਦਾ ਵੀ ਇੰਨੀ ਦੇਣਦਾਰੀ ਜਿੰਨੀ ਦੇਣਦਾਰੀ ਹੈ ਉਦੋਂ ਤਿੰਨ ਗੁਣਾ ਮਤਲਬ ਵੱਧ ਪਈ ਆ ਜੀ ਤੇ ਸਾਰੇ ਮਤਲਬ ਪਹੁੰਚ ਕੀਤੀ ਹੁਣ ਸਾਨੂੰ ਆਸ ਜਗਗੀ ਆ ਜੀ ਕਿਉਂਕਿ ਭਗਵਾਨ ਤਮਾਨ ਨੇ ਪਹਿਲਾਂ ਪਾਰਲੀਮੈਂਟ ਚ ਮੁੱਦਾ ਚੁੱਕਿਆ ਹੁਣ ਉਹਨੇ ਮਤਲਬ 4-5 ਦਿਨ ਹੋ ਗਏ ਉਹਨਾਂ ਨੇ ਮਤਲਬ ਇਹ ਕਿਹਾ ਤੇ ਕਹਿੰਦੇ ਵੀ ਅਸੀਂ ਮਤਲਬ 20-25 ਦਿਨਾਂ ਚ ਇਹਨਾਂ ਦੀਆਂ ਜ਼ਮੀਨਾਂ ਵੇਚ ਕੇ ਤੇ ਪਰਲ ਕੰਪਨੀ ਦੀਆਂ ਜ਼ਮੀਨਾਂ ਵੇਚ ਕੇ ਇਹਨਾਂ ਲੋਕਾਂ ਦਾ ਪੈਸਾ ਦੇਵਾਂਗੇ ਪਰ भगवंत मान जी ਨੂੰ ਮੇਰੀ ਮੌਜੂਦਾ ਮੁੱਖ ਮੰਤਰੀ ਨੂੰ ਬੇਨਤੀ ਹੈ ਜੀ ਇਹ ਬੇਨਤੀ ਆ ਵੀ ਕਿਤੇ ਇਹ ਚੋਣ ਸਟੰਟ ਜਾਂ ਚੋਣ ਵਾਦਾ ਹੀ ਨਾ ਰਹਿ ਜੇ ਇਹ ਲੋਕ ਜਿਹੜੇ ਇਹ ਪਾਲিসੀਆਂ ਚੁੱਕੀ ਖੜੇ ਆ ਕਿਸੇ ਨੇ ਗੋਹਾ ਕੂੜਾ ਕਰਕੇ ਕਿਸੇ ਨੇ ਨਰਮਾ ਚੁੱਕ ਕੇ ਕਿਸੇ ਨੇ ਮਜ਼ਦੂਰੀ ਕਰਕੇ ਕਿਸੇ ਨੇ ਦੁੱਧ ਪਾ ਕੇ ਮੱਝਾਂ ਰੱਖ ਕੇ ਛੋਟੇ ਕਿਸਾਨ ਪਰਿਵਾਰਾਂ ਦਾ ਛੋਟੇ ਮਜ਼ਦੂਰ ਪਰਿਵਾਰਾਂ ਦਾ ਪੈਸਾ ਜੀ ਇਹ ਭਗਵਾਨ ਤਮਨ ਨੂੰ ਅਸੀਂ ਇਨਸਾਫ ਦੀ ਆਵਾਜ਼ ਬੰਨੀਓ ਵੀ ਬੇਨਤੀ ਕਰਦੇ ਆ ਵੀ ਇਹ ਇਹਨਾਂ ਦਾ ਪੈਸਾ ਵਾਪਸ ਦਿੱਤਾ ਜਾਵੇ ਦਿੱਤਾ ਜਾ ਸਕਦਾ ਜੀ ਅਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਇਹਦੇ ਉੱਤੇ ਵੀ ਆਵਾਂਗੇ ਕਿਉਂਕਿ ਇੱਥੇ ਇੱਕ ਸਮਾਂ ਦਾ ਬ੍ਰੇਕ ਦਾ ਸਮਾਂ ਹੋ ਗਿਆ ਹੈ ਪਰ ਖਾਸ ਤੌਰ ਦੇ ਉੱਤੇ ਜ਼ਿਕਰ ਜਦੋਂ ਪੰਜਾਬ 'ਚ ਪਰਲ ਪੀੜਤਾਂ ਦਾ ਹੁੰਦਾ ਹੈ ਤਾਂ 30 ਲੱਖ ਪਰਿਵਾਰ ਨੇ ਤੇ ਅੱਜ ਉਹ 30 ਲੱਖ ਪਰਿਵਾਰ ਇੰਤਜ਼ਾਰ ਕਰ ਰਹੇ ਨੇ ਕਿ ਆਕੇ ਉਹਨਾਂ ਦੀ ਕੋਈ ਬਾਹ ਫੜੇ ਉਹਨਾਂ ਦੀ ਮਿਹਨਤ ਮੁਸ਼ਕਲ ਦਾ ਪੈਸਾ ਪਾਈ ਪਾਈ ਉਹਨਾਂ ਦੇ ਵਾਪਸ ਖਾਤਿਆਂ ਦੇ ਵਿੱਚ ਆਵੇ ਇੱਥੇ ਬ੍ਰੇਕ ਦੇ ਲਈ ਰੁਕਦੇ ਹਾਂ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ ਏਬੀਪੀ ਸਾਂਝਾ ਜੋਸ਼ ਜਜ਼ਬਾ ਜਨੂਨ ਤੇ ਜਦੋਂ ਇਸੇ ਜੋਸ਼ ਜਜ਼ਬੇ ਜਨੂਨ ਦਾ ਜ਼ਿਕਰ ਹੋ ਰਿਹਾ ਹੈ ਤਾਂ ਖਾਸ ਤੌਰ ਦੇ ਉੱਤੇ ਜ਼ਿਕਰ ਪਰਲ ਪੀੜਤਾ ਦਾ ਵੀ ਹੋ ਰਿਹਾ ਹੈ ਕਿਉਂਕਿ ਸਾਲ ਬਹੁਤ ਹੋ ਚੁੱਕੇ ਨੇ ਪਰ ਇਹਨਾਂ ਦਾ ਜੋਸ਼ ਨਹੀਂ ਮੁਕਿਆ ਇਹਨਾਂ ਦਾ ਜਜ਼ਬਾ ਨਹੀਂ ਟੁੱਟਿਆ ਤੇ ਜਨੂਨ ਅੱਜ ਵੀ ਬਰਕਰਾਰ ਹੈ ਬੇਸ਼ੱਕ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਭਰੋਸੇ ਦਿਵਾਏ ਪਰ ਉਹ ਭਰੋਸੇ ਅੱਜ ਤੱਕ ਪੂਰੇ ਨਹੀਂ ਹੋਏ ਪਰ ਜਦੋਂ ਅਸੀਂ ਜ਼ਿਕਰ ਇਹਨਾਂ ਪਾਲਿਸੀਆਂ ਦਾ ਕਰਦੇ ਹਾਂ ਤੇ ਇਹਨਾਂ ਲੋਕਾਂ ਦਾ ਕਰਦੇ ਹਾਂ ਜਵਾਨੀ ਵੇਲੇ ਕਈਆਂ ਨੇ ਇਹ ਪਾਲਿਸੀ ਕਰਵਾਈ ਤੇ ਜਿਹੜੀ ਉਮਰ ਦੇ ਮਿਡਲ ਪੜਾ ਦੇ ਉਤੇ ਪਹੁੰਚੇ ਹੋਏ ਨੇ ਪਰ ਜ਼ਿਕਰ ਜਦੋਂ ਕਈਆਂ ਦਾ ਕਰਦੇ ਆ ਕਈਆਂ ਨੇ ਆਪਣੇ ਉਸ ਸਮੇਂ ਦੇ ਲਈ ਇਹ ਪੈਸਾ ਇਨਵੈਸਟ ਕੀਤਾ ਸੀ ਜਿਹਨੂੰ ਬੁਢਾਪਾ ਕਹਿੰਦੇ ਆ ਉਹਦੇ ਵਿੱਚ ਵੀ ਪੈਸਾ ਨਹੀਂ ਮਿਲ ਰਿਹਾ ਤੁਹਾਨੂੰ ਲੱਗਦਾ ਵੀ ਜਿਹੜਾ ਪੈਸਾ ਲੋਕਾਂ ਦਾ ਪੈਸਾ ਮਿਹਨਤ ਮੁਸ਼ਕਲ ਦਾ ਪੈਸਾ ਹੈਗਾ ਉਹ ਮਿਲਣਾ ਚਾਹੀਦਾ ਉਹ ਵੀ ਜਲਦ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਏਪੀਪੀ ਸਾਹਾ ਚੈਨਲ ਦਾ ਜਿਨ੍ਹਾਂ ਨੇ ਵੱਲੋਂ ਪਰਲ ਪੀੜਤਾਂ ਦੀ ਉਹ ਗਰੀਬਾਂ ਦੀ ਆਵਾਜ਼ ਚੱਕ ਰਹੀ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ हां जी पैसा ਜਿਹੜਾ ਪੈਸਾ ਇਹ ਮਿਲ ਸਕਦਾ ਹੈ ਕਿਉਂਕਿ ਇਹ ਪੈਸਾ ਕਿਤੇ ਗਿਆ ਨਹੀਂ ਗਿਆ ਜੀ ਪੈਸਾ ਜਿਹੜੀ ਕੰਪਨੀ ਹੈ ਪਰਲ ਗਰੁੱਪ ਨਿਰਮਲ ਸਿੰਘ ਭੰਗੂ ਉਹਨੇ ਪ੍ਰਾਪਰਟੀਆਂ ਦੇ ਵਿੱਚ ਲਾਇਆ ਹੋਇਆ ਹੈ ਪੂਰੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਇਸ ਟਾਈਮ 8 ਤੋਂ 10000 ਏਕੜ ਜ਼ਮੀਨ ਹੈ ਜਿਹੜੀ ਕਿ ਬਹੁਤ ਕੀਮਤੀ ਹੈ ਸ਼ਹਿਰਾਂ ਦੇ ਵਿੱਚ ਵੀ ਬਹੁਤ ਕਲੋਨੀਆਂ ਪਈਆਂ ਔਰ ਪਿੰਡਾਂ ਦੇ ਵਿੱਚ ਵੀ ਵਾਹੀਯੋਗ ਜ਼ਮੀਨ ਪਈ ਹੈ ਤੇ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਪੂਰੇ ਭਾਰਤ ਦੇ ਵਿੱਚ ਵੀ ਬਹੁਤ ਪ੍ਰਾਪਰਟੀ ਹੈ ਕੋਈ ਸਟੇਟ ਐਸ ਸੀ ਨਹੀਂ ਜਿੱਥੇ ਪ੍ਰਾਪਰਟੀ ਨਾ ਹੋਵੇ ਹਰ ਇੱਕ ਜਗ੍ਹਾ ਪ੍ਰਾਪਰਟੀ ਖਿੱਦੀ ਹੈ ਵੀ ਸਭ ਤੋਂ ਵੱਡੀ ਗੱਲ ਇਹ ਹੀ ਹੋਗੀ ਵੀ ਇਸ ਮਤਲਬ ਕੰਪਨੀ ਨੇ ਪ੍ਰਾਪਰਟੀ ਖਰੀਦੀ ਹੈ ਇਹ ਪ੍ਰੋਪਰਟੀ ਨਾਖਰੀ ਤੋਂ ਫੇਰ ਤਾਂ ਹੋ ਸਕਦਾ ਵੀ ਨਾ ਮਿਲਦਾ ਪੈਸਾ ਹੁਣ ਉਮੀਦ ਹੈਗੀ ਆ ਪੈਸਾ ਮਿਲ ਜੂ ਪਰ ਇਮਾਨਦਾਰ ਸਰਕਾਰ ਚਾਹੀਦੀ ਹੈ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਚਾਹੀ ਬਾਦਲ ਸਰਕਾਰ ਸੀਗੀ ਉਹਨੇ ਤੁਸੀਂ ਦੇਖੋ ਵੀ ਇਸ ਕੰਪਨੀ ਤੋਂ ਪੈਸਾ ਲੈ ਕੇ ਵਰਲਡ ਕਬੱਡੀ ਕੱਪ ਕਰਾਇਆ 4 ਸਾਲ ਲਗਾਤਾਰ ਉਹਦੇ ਵਿੱਚ ਲੋਕਾਂ ਨੇ ਮਤਲਬ ਵਿਸ਼ਵਾਸ ਇੰਨਾ ਵੱਧ ਗਿਆ ਵੀ ਹਾਂ ਇਹ ਸਰਕਾਰ ਖੁਦ ਨਾਲ ਖੜੀ ਹੈ ਵੀ ਸਹੀ ਕੰਮ ਆਏਗਾ ਸਹੀ ਲੋਕਾਂ ਦੇ ਪੈਸੇ ਆਉਣਗੇ ਸਹੀ ਲੋਕਾਂ ਨੂੰ ਇੰਟਰਸਟ ਔਰ ਵਿਆਜ ਮਿਲੂਗਾ ਉਸ ਤੋਂ ਬਾਅਦ ਕੈਪਟਨਸੀ ਇਹ ਕੈਪਟਨ ਸਾਹਿਬ ਨੇ 580 ਕਰੋੜ ਦੇ ਮੈਗਾ ਪ੍ਰੋਜੈਕਟ ਦਿੱਤੇ ਇਸ ਕੰਪਨੀ ਨੂੰ ਔਰ ਹੋਰ ਵੀ ਮਲੋ ਅਰੰਜੇਟਲੀ ਹੈਗੇ ਤੇ ਲੀਗਲ ਐਡਵਾਈਜ਼ਰ ਰਹੇ ਆ ਕਪਲ ਸਿਮਲੇ ਦੇ ਐਡਵਾਈਜ਼ਰ ਰਹੇ ਆ ਤੁਮਲ ਨੇ ਇਹਨਾਂ ਦੇ ਪ੍ਰੋਜੈਕਟਾਂ ਬਾਰੇ ਬਹੁਤ ਅੱਡ ਕੀਤੀ ਜੈਨ ਕਿ ਲੋਕਾਂ ਨੂੰ ਵਿਸ਼ਵਾਸ ਵੱਜ ਗਿਆ ਵੀ ਬਹੁਤ ਵਧੀਆ ਕੰਪਨੀ ਹੈ ਲੋਕਾਂ ਦਾ ਪੈਸਾ ਮਲੋ ਸੇਫ ਹੈਗਾ ਹੈ ਭਰੋਸੇ 'ਚ ਲੈ ਕੇ ਠੱਗਿਆ ਗਿਆ ਹਾਂ ਭਰੋਸਾ ਕੀਤਾ ਇਹ ਦੇਖੋ 1983 ਤੋਂ ਚੱਲ ਕੇ ਇਹਨਾਂ ਨੂੰ ਪਹਿਲਾਂ ਪੈਸੇ ਮਲੋ ਦਿੱਤੇ ਵੀ ਹੈਗੇ ਕੰਪਨੀ ਨੇ ਪਰ ਜਦੋਂ ਬਾਦਲ ਸਰਕਾਰ ਆ ਗਈ 89 ਦੇ ਵਿੱਚ ਉਦੋਂ ਜਾ ਕੇ ਇਹ ਰਲੇਮਾ ਹੋ ਗਿਆ ਸਰਕਾਰਾਂ ਦੇ ਨਾਲ ਉਸ ਤੋਂ ਬਾਅਦ ਨਹੀਂ ਲੋਕਾਂ ਨੂੰ ਇਹ ਪੈਸਾ ਮਿਲਿਆ ਕਿਉਂਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਸੀ ਲੋਕਾਂ ਦੇ ਸੁਪਨੇ ਬਹੁਤ ਵੱਡੇ ਸੀਗੇ ਕਿ ਕਿਸੇ ਨੇ ਬੇਟੀ ਦਾ ਵਿਆਹ ਕਰਨਾ ਸੀ ਕਿਸੇ ਨੇ ਬੇਟੇ ਦਾ ਵਿਆਹ ਕਰਨਾ ਸੀ ਕਿਸੇ ਨੇ ਮਕਾਨ ਪਾਉਣੇ ਸੀਗੇ ਔਰ ਸਾਰਿਆਂ ਦੇ ਸੁਪਨੇ ਧਰੇ ਤਰੇ ਰਹੇ ਗਏ ਤੇ ਹੁਣ ਸਾਨੂੰ ਆਸ ਹੈਗੀ ਹੈ ਭਗਵੰਤ ਮਾਨ ਸਰਕਾਰ ਕਹਿੰਦੇ ਵੀ ਇਮਾਨਦਾਰ ਸਰਕਾਰ ਆਈ ਹੈ ਤੇ ਸਾਨੂੰ ਉਮੀਦਾਂ ਵੀ ਹੈਗੀਆਂ ਭਵੰਤ ਸਾਹਿਬ ਨੇ ਪਿੱਛੇ ਜੇ ਸਗਰੂਰ ਮੈਂ ਮੈਂ ਬੀਓ ਲੋਕ ਸਭਾ ਹਲਕੇ ਦੇ ਵਿੱਚ ਅਨਾਉਂਸ ਵੀ ਕੀਤਾ ਵੀ ਅਸੀਂ 20-25 ਦਿਨਾਂ ਦੇ ਵਿੱਚ ਜਿਹੜੀ ਇਹਦੀ ਪੇਮੈਂਟ ਅਸੀਂ ਸ਼ੁਰੂ ਕਰਵਾ ਰਹੇ ਹਾਂ ਜਿਹੜੀ ਇਹਦੇ ਕਾਗਜ਼ਪੱਤਰ ਤਿਆਰ ਕਰ ਰਹੇ ਹਾਂ ਪ੍ਰਾਪਰਟੀਆਂ ਵੇਚ ਕੇ ਦੇਵਾਂਗੇ ਔਰ ਦੇ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਇਸ ਟਾਈਮ ਦੇਣਦਾਰੀ ਤੋਂ ਕਿਤੇ ਤਿੰਨ ਗੁਣਾ ਜ਼ਿਆਦਾ ਪ੍ਰਾਪਰਟੀ ਪਈ ਹੈ ਤੇ ਸਰਕਾਰ ਦੇ ਸਕਦੀ ਹੈ ਜੀ ਜਿਵੇਂ ਜ਼ਿਕਰ ਤੁਹਾਡਾ ਕਰਾਂ ਮੈਂ ਜਿਵੇਂ ਇੱਥੇ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਨੇ ਪੈਸਾ ਜੋੜਿਆ ਫਿਰ ਇਨਵੈਸਟ ਕੀਤਾ ਤੁਸੀਂ ਕਿੰਨਾ ਕੁੱਲ ਪੈਸਾ ਜਮ੍ਹਾਂ ਕਰਵਾ ਚੁੱਕੇ ਹੋ ਮੈਂ ਇਹਦੇ ਵਿੱਚ 2.5 ਲੱਖ ਰੁਪਏ ਜਮ੍ਹਾਂ ਕਰਵਾਇਆ ਜੀ ਐਜ਼ ਏਜੰਟ ਵੀ ਕੰਮ ਕੀਤਾ ਹਾਂ ਉਹਦੇ ਵਿੱਚ ਵੀ ਵਰਕ ਕੀਤਾ ਸੀ ਜੀ ਅੱਛਾ ਹਾਂ ਜਿਵੇਂ ਤੁਸੀਂ ਕਿਹਾ ਐਜ਼ ਏਜੰਟ ਵਰਕ ਕੀਤਾ ਉਦੋਂ ਕੰਪਨੀ ਦੀ ਰੈਪਿਊਟੇਸ਼ਨ ਕਹੀ ਜੀ ਸੀਗੀ ਕਿਵੇਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਸੀ ਲੋਕ ਕਿਵੇਂ ਭਰੋਸਾ ਕਰਦੇ ਸੀ ਜਿਵੇਂ ਤੁਸੀਂ ਉਸ ਵਕਤ ਕਬੱਡੀ ਵਰਲਡ ਕੱਪ ਦਾ ਜ਼ਿਕਰ ਕੀਤਾ ਜਿਵੇਂ ਲੋਕਾਂ ਦੇ ਵਿੱਚ ਜਾਣਦੇ ਸੀ ਪਹਿਲਾਂ ਤੋਂ ਜਾਣਦੇ ਸੀ ਕੰਪਨੀ ਬਾਰੇ ਜੇ ਦੱਸਣਾ ਪੈਂਦਾ ਸੀ ਦੇਖੋ ਜੀ ਬਹੁਤ ਲੋਕ ਜਾਣਦੇ ਸੀ ਕਿਉਂਕਿ ਪ੍ਰਾਣੀ ਚੱਲ ਰਹੀ ਸੀ ਲੋਕਾਂ ਨੂੰ ਪੈਸਾ ਮਿਲ ਰਿਹਾ ਸੀਗਾ ਮਤਲਬ 2013 ਤੱਕ ਤਾਂ ਲੋਕਾਂ ਨੂੰ ਪੈਸਾ ਮਿਲਿਆ ਹੋਇਆ ਜੇ ਉਹਨੇ 2007 'ਚ ਕਰਵਾਇਆ ਸੀ ਤਾਂ 13 ਦਾ ਪੈਸਾ ਮਿਲੋ ਹੈ 14 ਦੀ ਮੈਚਿਓਰਿਟੀ ਚੱਲ ਰਹੀ ਸੀ ਕਿਉਂਕਿ 1983 ਨੂੰ ਚੱਲੇ ਸੀ ਲੋਕਾਂ ਨੂੰ ਵਿਸ਼ਵਾਸ ਸੀਗਾ ਕਿਉਂਕਿ ਬਹੁਤ ਵੱਡੇ ਪ੍ਰੋਜੈਕਟ ਸੀ ਗਿਆਨ ਸਾਗਰ ਇਹਦਾ ਪ੍ਰੋਜੈਕਟ ਸੀ ਬਹੁਤ ਵੱਡੇ ਹੋਟਲ ਉਹ ਸਾਰੇ ਮਤਲਬ ਇਹ ਚੀਜ਼ ਹਰ ਇੱਕ ਮਤਲਬ ਕਸਟਮਰ ਨੂੰ ਮੇਜ ਬਾਰੇ ਜਾਣਕਾਰੀ ਸੀ ਪ੍ਰੋਪਰ ਤੇ ਕੋਈ ਐਡੀ ਉਹ ਗੱਲ ਨਹੀਂ ਸੀਗੀ ਵੀ ਤਾਂ ਸਰਕਾਰਾਂ ਦਾ ਕੋਈ ਸੇਲ ਹੋਣ ਕਰਕੇ ਮਤਲਬ ਇਹ ਚੀਜ਼ ਸਾਰੀ ਹੋਈ ਹੈ ਜੀ ਨੀ ਪੈਸਾ ਹਰ ਇੱਕ ਦਾ ਮਿਲ ਸਕਦਾ ਹੁਣ ਵੀ ਅੱਜ ਵੀ ਕੋਈ ਦਿੱਕਤ ਨਹੀਂ ਤੁਹਾਡਾ ਕੀ ਨਾਮ ਹੈ ਜੀ ਗੁਰਮੀਲ ਸਿੰਘਾ ਜੀ ਅਜੇ ਗੁਰਮੀਲ ਜੀ ਤੁਹਾਡਾ ਕਿੰਨਾ ਪੈਸਾ ਇਨਵੈਸਟ ਹੈ ਮੇਰਾ ਜੀ 50 ਲੱਖ ਦਾ ਹੁੰਦਾ ਹੈ ਤੇ 5 ਲੱਖ ਰੁਪਏ ਮੇਰੇ ਕਸਟਮਰਾਂ ਦਾ ਸਾਢੇ ਲੱਖ ਸਾਢੇ 8 ਲੱਖ ਤੁਸੀਂ ਪੈਸਾ ਤੁਹਾਡੇ ਥਰੂ ਗਿਆ ਹੋਇਆ ਜਾਨੀ ਕਰੀਬ ਮੰਨ ਕੇ ਚੱਲੀ ਹੋਈ 17 ਲੱਖ ਤੁਹਾਨੂੰ ਮਿਲਣਾ ਸੀ ਹਾਂਜੀ 17 ਲੱਖ ਮੈਨੂੰ ਤੇ ਮੇਰੇ ਕਸਟਮਰਾਂ ਨੂੰ ਮਿਲਣਾ ਸੀ ਪਰ ਮਿਲਿਆ ਤਾਂ ਹੈ ਨਹੀਂ ਨਹੀਂ ਜੀ ਮਿਲਿਆ ਨਹੀਂ ਬਸ ਹੁਣ ਤੱਕ ਕੀ ਕੀਤਾ ਹੈ ਜਿਵੇਂ ਇਹ ਬਹੁਤ ਸਾਰੇ ਲੋਕ ਨੇ ਇਨਸਾਫ ਦੀ ਆਵਾਜ਼ ਜਥੇ ਬੰਦੀ ਤੁਹਾਡੀ ਬਣੀ ਹੋਈ ਹੈ ਥਾਂ ਥਾਂ ਤੁਹਾਡੇ ਪ੍ਰੋਟੈਸਟ ਹੁੰਦੇ ਹੋਏ ਹੋਣਗੇ ਸਰਕਾਰਾਂ ਦੇ ਨਾਲ ਗੱਲਬਾਤ ਚੱਲੀ ਹੋਏਗੀ ਕੇਂਦਰ ਤੱਕ ਗੱਲਬਾਤ ਹੋਏਗੀ ਹੁਣ ਤੱਕ ਪੈਸੇ ਨਾ ਮਿਲਣ ਮਿਲਣ ਦਾ ਕਾਰਨ ਕੀ ਮੰਨਦੇ ਹੋ ਜ਼ਿੰਮੇਵਾਰ ਕੜਾ ਕਾਰਨ ਤਾਂ ਜੇ ਦੇਖੋ ਸਰਕਾਰਾਂ ਅਸੀਂ ਸੀਨਾ ਸਾਨੂੰ ਅਕਲ ਵਿੱਚ ਪਤਾ ਹੀ ਹੋਣ ਲੱਗਿਆ ਅਸੀਂ ਚੋਰਾਂ ਜਿਹੜੇ ਨੇ ਸਾਡੇ ਰਾਤ ਨੂੰ ਚੋਰੀ ਕੀਤੀ ਸੀ ਨਾ ਅਸੀਂ ਉਹਨਾਂ ਕੋਲੇ ਤੜਕੇ ਇਨਸਾਫ ਨੂੰ ਬਗਜ ਜਾਂਦੇ ਸੀ ਹੁਣ ਜਦੋਂ ਸਾਨੂੰ ਪਤਾ ਲੱਗਦਾ ਵੀ ਜਿਨ੍ਹਾਂ ਨੂੰ ਅਸੀਂ ਮੰਗ ਪੱਤਰ ਦਿੰਦੇ ਰਹੇ ਫਰਾਨੇ ਨੂੰ ਧੌਂਕੇ ਨੂੰ ਉਹ ਸਾਰੇ ਜਮੀਨਾਂ ਦੇ ਕਬਜ਼ਾ ਕਰੀ ਬੈਠੇ ਆ। ਉਹ ਫਿਰ ਸਾਨੂੰ ਉਹਨਾਂ ਤੋਂ ਕਿਤੇ ਮੀਂਹ ਜਾਗਦੀ ਹੈ। ਪਰ ਇੱਕ ਨਵੀਂ ਸਰਕਾਰ ਜਿਹੜੀ ਆਈ ਹੈ ਇਹ ਤੇ ਸਾਨੂੰ ਕੁਝ ਨਾ ਕੁਝ ਉਮੀਦ ਵੱਜੀ ਹੈ। ਕਿਉਂਕਿ ਨਵੇਂ ਆਏ ਇਹਨਾਂ ਨੇ ਹਜੇ ਕੋਈ ਕਬਜ਼ਾ ਉਹ ਜ ਕੀਤਾ ਨਹੀਂ ਦੇਖਿਆ ਉਹਨਾਂ ਕੋਈ ਇੱਕ ਅੱਧਾ ਕੀਤਾ ਹੋਵੇ ਸਾਨੂੰ ਇੱਥੇ ਭਾਲ ਕਰ ਰਹੇ ਆ ਤੇ ਬਾਕੀ ਤਾਂ ਫਿਰ ਇਹਨਾਂ ਤੋਂ ਸਾਨੂੰ ਕੀ ਸਮਝ ਨਹੀਂ ਚੋਰੀ ਜਦੋਂ ਹੋਏ। ਪਹਿਲਾਂ ਕਾਂਗਰਸ ਨਾਲੇ ਨਾਲੇ ਕਾਲੀਆਂ ਨੇ ਦਬਲੀ ਜ਼ਮੀਨ ਫਿਰ ਮੁੜ ਕੇ ਇਹਨਾਂ ਨੇ ਦਬਲੀ ਪ੍ਰਾਪਰਟੀ ਇਸ ਕਰਕੇ ਬੈਠਾ ਮੇਰੇ ਜਿਵੇਂ ਤੁਸੀਂ ਪਾਲਸੀਆਂ ਕਰਵਾਈਆਂ ਲੋਕ ਤੁਹਾਨੂੰ ਪੁੱਛਦੇ ਨਹੀਂ ਕਈਆਂ ਦੇ ਤੁਸੀਂ ਘਰਾਂ ਦੇ ਵਿੱਚ ਗਏ ਹੋਗੇ ਜਦੋਂ ਪਾਲਸੀਆਂ ਤੁਸੀਂ ਕਰਵਾਈਆਂ ਹੋਣਗੀਆਂ ਤੁਹਾਨੂੰ ਸਵਾਲ ਵੀ ਕਰਦੇ ਹੋਣਗੇ ਜਿਹੜਾ 5.5 ਲੱਖ ਲੋਕਾਂ ਨੇ ਤੁਹਾਨੂੰ ਦਿੱਤਾ ਹੈ ਦੇਖੋ ਜੀ ਗੱਲ ਸੀ ਨਾ ਜਿਹੜੀ ਕੰਪਨੀ ਇੰਨੀ ਪਾਪੂਲਰ ਹੋ ਗਈ ਸੀ ਮੈਂ ਨਾ ਪਿੱਛੇ ਜਾ ਕੇ ਮਤਲਬ ਬੜਾ ਧਰਾਂ ਚਾਹੀ ਇਹਦੇ 'ਚ ਅਡਜਸਟਮੈਂਟ ਕੀਤੀ ਸੀ ਪਰ ਕੀ ਸੀ ਮੈਂ ਦੁਕਾਨ ਕਰਦਾ ਤੇਲੀਬੀਨ ਦਾ ਕੰਮ ਕਰਦਾ ਸੀ ਉਹ ਜਿਹੜੀਆਂ ਪਾਲਸੀਆਂ ਹੋਈਆਂ ਮੇਰੇ ਕੋਲ ਆਪਣੇ ਆਪ ਹੀ ਹੋ ਗਈਆਂ ਕਿ ਇੱਕ ਵੀ ਬੰਦੇ ਕੋਲੇ ਨਹੀਂ ਗਿਆ ਕਿ ਲੋਕਾਂ ਨੂੰ ਵਿਸ਼ਵਾਸ ਬਣਾ ਸੀਗਾ ਲੋਕ ਭਾਰ ਦੇ ਫਿਰਦੇ ਸੀ ਸਾਡਾ ਕੋਈ ਪੈਸਾ ਲਵਾਵੇ ਤੇ ਮੈਂ ਮਤਲਬ ਉੱਥੇ ਬੈਠੇ ਬੈਠੇ ਨੇ ਕੰਮ ਕਰਦਾ ਪਰ ਉਸ ਤੋਂ ਬਾਅਦ ਮੈਨੂੰ ਨੁਕਸਾਨ ਬਹੁਤ ਹੋਣਾ ਪਿਆ ਕਿਉਂਕਿ ਉਹਦੀ ਵਜ੍ਹਾ ਦੇ ਨਾਲ ਮੇਰੀ ਅੱਖ ਦੀ ਨਸ ਫਟ ਗਈ ਮੇਰੀ ਦੁਕਾਨਦਾਰੀ ਬੰਦ ਹੋ ਗਈ ਮਤਲਬ ਟੈਂਸ਼ਨ ਜਾਂ ਪ੍ਰੈਸ਼ਰ ਇਹਨਾਂ ਆ ਗਿਆ ਕਿ ਟੈਂਸ਼ਨ ਚੋ ਗਿਆ ਇੱਕ ਦਿਨ ਮੈਂ ਰਾਤ ਨੂੰ ਡਿੱਗ ਪਿਆ ਮੇਰਾ ਚੂਲੇ 'ਚ ਨੁਕਸ ਪੈ ਗਿਆ ਵੀ ਜਿਹੜਾ ਮੇਰਾ ਲੈ ਲੋ ਵੀ 5-4 ਲੱਖ ਰੁਪਏ ਮੇਰੇ ਉੱਤੇ ਲੱਗ ਗਿਆ ਤੇ ਮੇਰੀ ਦੁਕਾਨਦਾਰੀ ਵੀ ਛੋਟੀ ਕਿ ਰਾਖ ਚਲੀ ਗਈ ਐਸਾ ਆਖ ਇਸ ਟੈਂਸ਼ਨ ਦੇ ਵਜ੍ਹਾ ਨਾਲ ਸੋ ਪੈਸਾ ਫਸਣ ਕਾਰਨ ਕਈ ਲੋਕ ਮਾਨਸਿਕ ਤੌਰ ਦੇ ਉੱਤੇ ਵੀ ਪਰੇਸ਼ਾਨ ਹੋਏ ਨੇ ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ ਬ੍ਰੇਕ ਤੋਂ ਬਾਅਦ ਬਹੁਤ-ਬਹੁਤ ਸਵਾਗਤ ਹੈ ਇਸ ਵਕਤ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਵਿੱਚ ਖੜੇ ਆ ਪਿੰਡ ਹੈ ਕੋਟਸ਼ਮੀਰ ਤੇ ਜਦੋਂ ਜ਼ਿਕਰ ਖਾਸ ਤੌਰ ਦੇ ਉੱਤੇ ਇਹਨਾਂ ਲੋਕਾਂ ਦਾ ਹੋ ਰਿਹਾ ਹੈ ਪਰਲ ਪੀੜਤ ਨੇ ਹੱਥ ਦੇ ਵਿੱਚ ਇਹ ਜਿਹੜੀ ਰਸੀਦ ਚੱਕੀ ਹੋਈ ਹੈ ਇਹ 2011 ਦੀ ਪਾਲਸੀ ਇਹਨਾਂ ਦੇ ਵੱਲੋਂ ਕਰਵਾਈ ਗਈ ਹੈ ਕੀ ਨਾਮ ਹੈ ਤੁਹਾਡਾ ਤੇ ਕਿੰਨੀ ਕਿੰਨੇ ਪੈਸੇ ਤੁਹਾਡੇ ਇਨਵੈਸਟ ਨੇ ਮੇਰਾਂ ਅੰਤਾਰੰ ਦਿਤਾ ਜੀ ਸਾਡਾ 4 ਲੱਖ ਕਰਵਾਇਆ ਸੀ ਅਸੀਂ ਸਾਨੂੰ ਕਹਿੰਦੇ ਸੀ ਥੋੜਾ 6 ਸਾਲ ਬਾਅਦ 8 ਲੱਖ ਰੁਪਇਆ ਮਿਲੂਗਾ ਉਹਨਾਂ ਨੇ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਅੱਜ ਤੁਸੀਂ ਦੇਖ ਲਓ ਕਿੰਨਾ ਟਾਈਮ ਹੋ ਗਿਆ ਸਾਡੇ ਪੈਸੇ ਜਮ੍ਹਾਂ ਕਰਵਾਇਆ ਨੂੰ ਅਸੀਂ ਸਿਲਾਈ ਦਾ ਕੰਮ ਕਰ ਰਹੇ ਸੀ ਦੁੱਧ ਪਾਉਂਦੇ ਸੀ ਮੱਝਾਂ ਦਾ ਜਿੰਨੇ ਪੈਸੇ ਹੋਣੇ ਸੀ ਸਾਰੇ ਅਸੀਂ ਜਮ੍ਹਾਂ ਕਰਵਾ ਦੇਣੇ ਸੀ ਅਸੀਂ ਆਪਦੇ ਬੱਚਾ ਨੂੰ ਖਾਣ ਲਈ ਖੁਸ਼ੀ ਨਹੀਂ ਸੀ ਦੇ ਰਹੇ ਸੀ ਸਾਨੂੰ ਆਇਆ ਹੁੰਦਾ ਸੀ ਵੀ ਇਹ ਬੱਚਾ ਦੇ ਕੰਮ ਆਉਣਗੇ ਪੈਸੇ ਇਹਨਾਂ ਨੇ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਸੀ ਦਾ ਸਮਾਂ ਵਿਆਹ ਤੇ ਚੱਕ ਕੇ ਆਪਦੀ ਕੁੜੀਆ ਦਾ ਵਿਆਹ ਕਰਾਇਆ ਉਦੋਂ ਬਾਅਦ ਚ ਹੁਣ ਗਾਂ ਪ ਫੇਰ ਕਰਾ ਰਹੇ ਹੁਣ ਸਾਨੂੰ ਘਰ ਦੇ ਵੀ ਲੜ ਰਹੇ ਬੰਦੇ ਵੀ ਤੁਸੀਂ ਲੋਕਾਂ ਦੇ ਮਗਰ ਲਾਗ ਲਾ ਕੇ ਇਹਨੇ ਪੈਸੇ ਤੁਸੀਂ ਖਰਾਬ ਕਰੇ ਵੀ ਇਹਦਾ ਤੁਹਾਡਾ ਕੀ ਬਣੂਗਾ ਹੁਣ ਦੇਖੋ ਜੀ ਜਿੰਮੇ ਸਰਕਾਰ ਕਰੂਗੀ ਉਵੇਂ ਹੋਊਗਾ ਅਜੇ ਕੀ ਸੋਚ ਕੇ ਤੁਸੀਂ ਪੈਸਾ ਜਿਵੇਂ ਤੁਸੀਂ ਕਿਹਾ ਵੀ ਵਿਆਹ ਦੇ ਲਈ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਤੁਸੀਂ ਪੈਸਾ ਇਨਵੈਸਟ ਕੀਤਾ ਸੀਗਾ ਹਾਂਜੀ ਹਾਂਜੀ ਸਾਡੀ ਕੁੜੀ ਅਸੀਂ ਅਸੀਂ ਉਹਦੇ ਲਈ ਪਹਿਲਾਂ ਅਸੀਂ 3500 ਰੁਪਏ ਜਮ੍ਹਾਂ ਕਰਵਾਉਂਦੇ ਸੀ ਮਹੀਨੇ ਦਾ ਉਹਨਾਂ ਦਾ ਅਸੀਂ 48000 ਜਮ੍ਹਾਂ ਕਰਵਾਇਆ ਸੀ ਸਾਨੂੰ ਅਸੀਂ ਕੁੜੀਆਂ ਦਾ ਅੱਗੇ ਵਿਆਹ ਕਰਾਂਗੇ ਵੀ ਚਲ ਲੱਖ ਰੁਪਏ ਉਹਨਾਂ ਦਾ ਮਿਲ ਜਾਣਾ ਵਿੱਚ ਉਹ ਲੱਗ ਜਾਊਗਾ ਉਹਨਾਂ ਨੇ ਕੋਈ ਸਾਨੂੰ ਪੈਸਾ ਨਹੀਂ ਦਿੱਤਾ ਉਸ ਤੋਂ ਬਾਅਦ ਵੀ ਜਿਹੜੀਆਂ ਅਸੀਂ ਬਾਦੀਆਂ ਪੋਤਰੀਆਂ ਨੇ ਪਾਲਸੀਆਂ ਕਰਵਾਆਂਗੇ ਦੋ ਪੋਤਰੀਆਂ ਪੋਤਰਾ ਹੈ ਨਹੀਂ ਉਹ ਵੀ ਅਸੀਂ ਸਲਾਈ ਦਾ ਕੰਮ ਕਰਕੇ ਦੁੱਧ ਪਾ ਕੇ ਉਹਨਾਂ ਦੇ ਵੀ ਪੈਸੇ ਅਸੀਂ ਜਮ੍ਹਾਂ ਕਰਵਾਉਂਦੇ ਸੀ 50 ਕਾ ਉਹ ਦਿੱਕਾ ਦੇ ਕਰਵਾਲੇ ਦੀ ਸਾਨੂੰ ਇਸ ਚ ਕੋਈ ਪੈਸਾ ਨਹੀਂ ਮਿਲਿਆ ਅਸੀਂ ਹੁਣ ਵੀ ਉਹਨੇ ਕੰਮ ਕਰ ਰਹੇ ਆਂ ਵੀ ਜੇ ਪਰਮਾਤਮਾ ਸਾਡੀ ਬਾਹ ਫੜੇ ਜਾਂ ਕੋਈ ਸਾਡੇ ਵੀ ਸਰਕਾਰ ਬਾਹ ਫੜੇ ਸਾਨੂੰ ਵੀ ਕਿੱਥੇ ਮਿਲਣਾ ਤੁਹਾਡਾ ਕੀ ਨਾਮ ਹੈ ਜੀ ਕੁਲਵਿੰਦਰ ਕੌਰ ਅੱਛਾ ਇਹ ਇਹ ਜਿਹੜੀ ਪਾਲਿਸੀ ਹੈ ਇਹ ਤੁਹਾਡੀ ਹੈ ਜਾਂ ਤੁਹਾਡੇ ਪਰਿਵਾਰ ਦੀ ਹੈਗੀ ਹੈ ਇਹ ਮੇਰੀ ਕੁੜੀਆ ਦੀ ਹੈ ਜੀ ਠੀਕ ਹੈ ਕੁੱਲ ਕਿੰਨਾ ਪੈਸਾ ਤੁਸੀਂ ਜਮ੍ਹਾਂ ਕਰਵਾ ਚੁੱਕੇ ਹੋ ਇਹਨਾਂ ਪਾਲਿਸੀਜ਼ ਦੇ ਜ਼ਰੀਏ ਲੱਖ ਰੁਪਈਆ ਇੱਕ ਲੱਖ ਰੁਪਈਆ ਯਾਨੀ 2 ਲੱਖ ਰੁਪਈਆ ਤੁਹਾਨੂੰ ਮਿਲਣਾ ਸੀਗਾ 2010 ਦੀ ਮੈਂ ਪਾਲਿਸੀ ਦੇਖ ਰਿਹਾ 12 ਸਾਲ ਪੁਰਾਣੀ ਹੈ ਹਾਂਜੀ ਇਨੇ ਸਾਲ ਬੀਤਣ ਦਾ ਕਾਰਨ ਕੀ ਮੰਨਦੇ ਹੋ ਮਤਲਬ ਤੁਹਾਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਹੈਗੇ ਨਹੀਂ ਮਿਲੇ ਜੀ ਅਸੀਂ ਬਹੁਤ ਜ਼ੋਰ ਲਾਇਆ ਸੀ ਜੀ ਕੀ ਕੰਮ ਕਰਦੇ ਸੀ ਕਿਵੇਂ-ਕਿਵੇਂ ਪੈਸਾ ਤੁਸੀਂ ਜੋੜਿਆ ਤੇ ਕਿਵੇਂ ਜਮਾ ਕਰਵਾਇਆ ਸਲਾਈ ਦਾ ਕੰਮ ਕਰਦੇ ਸੀ ਜੀ ਨਾਲੇ ਅਸੀਂ ਮੱਝਾਂ ਸਾਂਭਦੇ ਆ ਦੁੱਧ ਪਾਉਨੇ ਆ ਦੁੱਧ ਪਾ ਕੇ ਜੀ ਫਿਰ ਬੱਚਾਂ ਦਾ ਆਹੋ ਟਾਈਮ ਪਾਸ ਕਰਿਆ ਸੀ ਜੀ ਗੁੱਡੀ ਦਾ ਵਿਆਹ ਕਰਾਂਗੇ ਹੋ ਗਿਆ ਬੇਟੀ ਦੱਬਿਆ ਹੋ ਗਿਆ ਤੁਹਾਡੀ ਦਾ ਵਿਆਹ ਹੋ ਗਿਆ ਜੀ ਪੈਸੇ ਨਹੀਂ ਮਿਲੇ ਪਰ ਵਿਆਹ ਹੋ ਗਿਆ ਭਰਾ ਵੀ ਦਿੱਤੀ ਤੇ ਵਿਆਹ ਵੀ ਹੋ ਗਿਆ ਜੀ ਨਹੀਂ ਮਿਲੇ ਪੈਸੇ ਜਿਹੜੇ ਕੰਮ ਦੇ ਲਈ ਪੈਸੇ ਇਕੱਠੇ ਕੀਤੇ ਸੀ ਉਹ ਨਹੀਂ ਹੋਇਆ ਨਹੀਂ ਜੀ ਹਾਂਜੀ ਹੁਣ ਲੱਗਦੀ ਕੋਈ ਉਮੀਦ ਤੁਹਾਨੂੰ ਵੀ ਹਾਂ ਤੁਹਾਡੇ ਮਿਹਨਤ ਦੇ ਪੈਸੇ ਤੁਹਾਨੂੰ ਵਾਪਸ ਹੋਣ ਕਰ ਸਕਦੀ ਜੋ ਕੁਝ ਕਰ ਸਕਦੀ ਹੈ ਹਾਂਜੀ ਠੀਕ ਹੈ ਅੱਜ ਜਿਵੇਂ ਖਾਸ ਤੌਰ ਤੇ ਜ਼ਿਕਰ ਅੱਜ ਬਾਪੂ ਜੀ ਤੁਹਾਡਾ ਕੀ ਨਾਮ ਹੈ ਤੇ ਕਿੰਨੇ ਪੈਸੇ ਤੁਹਾਡੇ ਜਮਾ ਨੇ ਮੇਰਾ ਤਾਂ ਅਵਤਾਰ ਸਿੰਘ ਹੈ ਅਜ ਅਵਤਾਰ ਜੀ ਕਿੰਨੇ ਪੈਸੇ ਜਮਾ ਨੇ ਤੁਹਾਡੇ ਹੈਗੇ ਹਰ ਰੋ 5-4 ਲੱਖ ਰੁਪਏ 5-4 ਲੱਖ ਰੁਪਏ ਉਮਰ ਕਿੰਨੀ ਹੈ ਤੁਹਾਡੀ ਹੋਰ 70 ਦੇ 67-68 ਹੈ ਅਜੇ 70 ਦੇ ਕਰੀਬ ਤੁਹਾਡੀ ਉਮਰ ਹੈਗੀ ਹੈ 2011 ਦੀ ਮੈਂ ਦੇਖ ਰਿਹਾ ਵੀ ਇਹ ਪਾਲਸੀ ਤੁਹਾਡੀ ਹੈਗੀ ਹੈ ਇਹ ਕੀ ਕੀ ਸੋਚਿਆ ਸੀ ਜਦੋਂ ਪੈਸੇ ਸੀ ਜਮਾ ਕਰਵਾਉਣੇ ਸੋਚੇ ਬੱਚਿਆਂ ਬਾਅਦ ਸੋਚਿਆ ਵੀ ਬੱਚਾ ਪੜ੍ਹਾਈ ਕਰ ਦੇ ਉਹ ਬਾਬੂ ਕਰ ਲਾਂਗੇ ਉਹ ਕਰਾਂਗੇ ਬੱਚਿਆਂ ਬਾਅਦ ਸੋਚਦੇ ਆ ਵੀ ਆਪਾਂ ਘਰ ਪਾ ਲਾਂਗੇ ਜਾਂ ਬੱਚਿਆਂ ਨੂੰ ਬਾਬੂ ਕਰਾਂਗੇ ਹਮ ਇਹਦੇ ਬਾਰੇ ਸੋਚਿਆ ਸੀ ਗਾ ਜੀ ਪਰ ਉਹ ਜਿਹੜਾ ਤੁਸੀਂ ਸੋਚ ਸੀ ਤੁਹਾਡੀ ਉਹ ਪੂਰੀ ਨਹੀਂ ਹੋਈ ਗਏ ਪੈਸੇ ਨਹੀਂ ਤੁਹਾਨੂੰ ਮਿਲੇ ਉਹ ਰਾਟੂ ਕਰਦੀ ਆ ਬਾਹਰ ਨੂੰ ਚਾਹਣਾ ਉਹਦੇ ਬਾਰੇ ਕਹਿਆ ਸੀ ਕਿ ਅਸੀਂ ਚੱਲਾਂਗੇ ਉਹ ਬਾਹਰ ਤੋਰ ਦਾਂਗੇ ਸੌਸ ਕੀ ਮੰਨ ਜਾਂਦੀ ਹੈ ਬਾਬੂ ਕਰ ਲਾਂਗੇ ਹੁੰਦੇ ਪਰ ਕੋਈ ਕੁਝ ਨਹੀਂ ਬਾਬੂ ਕਰੇ ਹੁਣ ਲੱਗਦੀ ਕੋਈ ਉਮੀਦ ਤੁਸੀਂ ਤਾਂ 70 ਸਾਲ ਹੰਢਾ ਦਿੱਤੇ ਜਿੰਦਗੀ ਦੇ ਕਈ ਸਰਕਾਰਾਂ ਤੁਸੀਂ ਦੇਖੀਆਂ ਹੋਣਗੀਆਂ ਕਈ ਤਰ੍ਹਾਂ ਦੇ ਲੋਕ ਤੁਹਾਨੂੰ ਮਿਲੇ ਹੋਣਗੇ ਤੁਹਾਨੂੰ ਹੁਣ ਲੱਗਦੀ ਕੋਈ ਤੁਹਾਡਾ ਜਿਹੜਾ ਪੈਸਾ ਮਿਹਨਤ ਦਾ ਤੁਹਾਨੂੰ ਮਿਲੇਗਾ ਸਾਨੂੰ ਹੁਣ ਮਮੀ ਹੈਗੀ ਜੀ ਮਿਲੂਗਾ ਪਹਿਲਾਂ ਕੋਈ ਮਾਰ ਨਹੀਂ ਸੀਗਾ ਹੁਣ ਸਾਨੂੰ ਲੱਗਦੀ ਹੈ ਉਮੀਦ ਹੈਗੀ ਪੈਸਾ ਮਿਲੇਗਾ ਮਿਲੇਗਾ ਹਾਂ ਮਿਲੇ ਜੀਗਾ ਜਰੂਰ ਮਿਲਣਾ ਵੀ ਚਾਹੀਦਾ ਤੁਹਾਨੂੰ ਅਜਾ ਤੁਹਾਡਾ ਕੀ ਨਾਮ ਹੈ ਜੀ ਅਮਰਦੀਪ ਜੀ ਅਮਰਦੀਪ ਜੀ ਤੁਹਾਡੇ ਕਿੰਨੇ ਪੈਸੇ ਲੱਗੇ ਹੋਏ ਨੇ ਮੈਂ 2 ਲੱਖ ਰੁਪਏ ਆਵਦਾ ਜੀ 3 ਲੱਖ ਲੋਕਾਂ ਦਾ ਲਵਾਇਆ ਹੋਇਆ ਲੋਕਾਂ ਦਾ ਤੁਸੀਂ ਲਵਾਇਆ ਹੋਇਆ ਹਾਂਜੀ ਹਾਂਜੀ ਅਜਾ ਪਹਿਲਾਂ ਤਾਂ ਮੈਂ ਲੋਕਾਂ ਦਾ ਜ਼ਿਕਰ ਮੈਂ ਕਰਨਾ ਚਾਹੁੰਗਾ ਜਿਨ੍ਹਾਂ ਦੀ ਤੁਸੀਂ ਪਾਲਸੀਆਂ ਤੁਸੀਂ ਕਰਵਾਈਆਂ ਹੋਣਗੀਆਂ ਤੁਹਾਨੂੰ ਲੋਕ ਸਵਾਲ ਵੀ ਕਰਦੇ ਹੋਣਗੇ ਵੀ ਸਾਡਾ ਪੈਸਾ ਦਿਵਾਓ ਸਿੱਧੇ ਤੌਰ ਤੇ ਤੁਹਾਰ ਤੋਂ ਮੰਗ ਕਰਦੇ ਹੋਣਗੇ ਕੀ ਜਵਾਬ ਦਿੰਨੇ ਹੋ ਲੋਕਾਂ ਨੂੰ ਬਾਤ ਵਿਸ਼ਵਾਸ ਦੀ ਨਾਲ ਜੀ ਲੋਕਾਂ ਯਾਰ ਮੇਤਰ ਸੀ ਉਹ ਲਿਫਟ ਸੀ ਸੀ ਉਹਨਾਂ ਲਵਾਤਾ ਜੀ ਹੌਂਸਵਾ ਕਰਦੇ ਆ ਕਹਿੰਦੇ ਭਾਈ ਹੁਣ ਮਿਲਣਗੇ ਸਬਸਤਾਰਾਂ ਕੋਠੇ ਮਿਲ ਗਈ ਸਰਕਾਰਾਂ ਨੇ ਦੇਖਣਾ ਸਰਕਾਰ ਮਿਲਣਗੇ ਹੁਣ ਕੋਈ ਜ਼ਬਾਂਦੀਆਂ ਨਹੀਂ ਗਈਆਂ ਹਾਂ ਮਾਨ ਸਾਹਿਬ ਨੂੰ ਆਸ ਹੈ ਵੀ ਪੈਸੇ ਮਿਲ ਸਕੋਦੇ ਆ ਅਜੇ ਹੁਣ ਤੱਕ ਨਾ ਮਿਲਣ ਦੇ ਕਾਰਨ ਕੀ ਲੱਗਦੇ ਨੇ ਤੁਹਾਨੂੰ ਵੀ ਪੈਸੇ ਅੱਜ ਤੱਕ ਮਿਲੇ ਕਿਉਂ ਨਹੀਂ ਕਿਉਂਕਿ 8 10 12 ਸਾਲ 19 ਸਾਲ ਦੀਆਂ ਪੁਰਾਣੀਆਂ ਪਾਲਸੀਆਂ ਤੇ ਵੱਡੀ ਕੰਪਨੀ ਸੀਗੀ ਪਰ ਉਸ ਦੇ ਬਾਵਜੂਦ ਵੀ ਪੰਜਾਬ ਨਹੀਂ ਦੇਸ਼ ਭਰ ਦੇ ਵਿੱਚ ਜ਼ਮੀਨਾਂ ਨੇ ਕੰਪਨੀ ਦੀਆਂ ਉਦੇ ਬਾਵਜੂਦ ਵੀ ਪੈਸਾ ਨਾ ਮਿਲਣ ਦਾ ਕਾਰਨ ਕੀ ਮੰਨਦੇ ਤੁਸੀਂ ਇਹ ਸਭ ਸਰਕਾਰਾਂ ਦੇਣ ਵਾਲੀ ਸਰਕਾਰਾਂ ਆਸ ਵਿੱਚ ਮਿਲਣਾ ਸਿੰਘ ਆ ਪਹਿਲਾਂ ਬਾਪ ਸਾਹਿਬ ਮਿਲੇ ਸੀਗੇ ਹੁਣ ਫਿਰ ਕਾਪਟਰ ਸਾਹਿਬ ਮਿਲੇਗੇ ਬਹੀ ਮੇਨ ਕਾਰਨ ਆ ਜੀ ਮੈਂ ਸਰਕਾਰਾਂ ਨੂੰ ਦੇ ਨਹੀਂ ਹੈ ਜੇ ਸਰਕਾਰ ਸਹੀ ਹੁੰਦੀਆਂ ਤਾਂ ਪੈਸਾ ਮਿਲ ਜਾਂਦਾ ਠੀਕ ਹੈ ਜੀ ਹੁਣ ਆਸ ਹੈਗੀ ਆ ਮਾਨ ਸਾਹਿਬ ਤੋਂ ਕੰਮ ਕੀ ਕਰਦੇ ਹੋ ਤੁਸੀਂ ਮੈਂ ਚਾਹ ਦੀ ਦੁਕਾਨ ਆ ਜੀ ਚਾਹ ਦੀ ਦੁਕਾਨ ਹਾਂਜੀ ਹਾਂਜੀ ਅੱਜਾ ਬੜੇ ਔਖੇ ਪੈਸੇ ਇਕੱਠੇ ਹੁੰਦੇ ਨੇ ਜਦੋਂ ਬੰਦਾ ਮਿਹਨਤ ਦੇ ਨਾਲ ਕਮਾਉਂਦਾ ਹੈ ਤੁਸੀਂ ਵੀ ਐਸੇ ਤਰੀਕੇ ਦੇ ਨਾਲ ਪਾਈ ਪਾਈ ਜੁੜੀ ਹੋਏਗੀ ਹਾਂਜੀ ਹਾਂਜੀ ਬਹੁਤ ਮੁਸ਼ਕਲ ਨਾਲ ਪਾਈ ਜੁੜੀ ਸੀ ਜ 14 ਚ ਮਿਉਰਟੀ ਸੀ ਪੂਰੀ ਹੋਣੀ ਜੀ ਐਸ ਦੀ ਬੱਚਾ ਵਿਆਹ ਕਰਾਂਗੇ ਹੋਰ ਕਰਾਂਗੇ ਜੀ ਪਰ ਪੈਸਾ ਕੁਛ ਨਹੀਂ ਮਿਲਿਆ ਜੀ ਬਹੁਤ ਪਰੇਸ਼ਾਨੀਆਂ ਸਾਹਮਣਾ ਕਰਨਾ ਪਿਆ ਜੀ ਠੀਕ ਹੈ ਤੁਹਾਡਾ ਕੀ ਨਾਮ ਹੈ ਜੀ ਮੰਗਤਰਾਵਾਂ ਜੀ ਅੱਛਾ ਇਹ ਬੜੀਆਂ ਰਸੀਦਾ ਤੁਸੀਂ ਸੰਭਾਲੀਆਂ ਹੋਈਆਂ ਨੇ ਸ਼ਾਇਦ ਹਰ ਇੱਕ ਰਸੀਦ ਜਿਹੜੀ ਤੁਸੀਂ 6 ਮਹੀਨੇ ਜਾਂ ਸਾਲ ਚ ਜਮਾ ਕਰਾਉਂਦੇ ਹੋਗੇ ਤੁਹਾਡੇ ਹੱਥ ਚ ਹੈਗੀ ਹੈ ਸਾਰਾ ਕੁਝ ਸੰਭਾਲਿਆ ਹੋਇਆ ਹੈ ਹਾਂਜੀ ਸਰ ਜੀ ਪੈਸੇ ਤੁਹਾਡੇ ਅਜੇ ਤੱਕ ਨਹੀਂ ਤੁਹਾਨੂੰ ਮਿਲੇ ਹੈਗੇ ਨਹੀਂ ਮਿਲੇ ਕਾਰਨ ਕੀ ਮੰਨਦੇ ਹੋ ਵੀ ਜ਼ਿੰਮੇਵਾਰ ਕੌਣ ਹੈਗਾ ਸਾਦੀ ਜਮ੍ਹਾਂ ਰਾਤ ਦਾ ਜੋ ਸੰਪੋਸਾ ਦੇ ਰਿਹਾ ਵੀ ਸਰਕਾਰ ਦੇ ਹੋਊਗੀ ਜਾਂ ਜਦ ਹੋਊਗੀ ਕੱਲ੍ਹ ਹੋਊਗੀ ਪਾਸਟਰ ਦੋ ਡੋਰ ਗੰਨ ਸੱਤੋਂ ਲੈ ਕੇ ਜਾਂਦੇ ਸੀਗੇ ਉਹੀ ਮਤਲਬ ਜੀ ਭਰੋਸਾ ਇਹ ਕਰੀਏ ਹੋ ਸਾਨੂੰ ਕੋਈ ਨਿਆਰ ਕੋਈ ਨਹੀਂ ਜੀ કુલ ਕਿੰਨੇ ਪੈਸੇ ਤੁਸੀਂ ਜਮ੍ਹਾਂ ਕਰਵਾਏ ਸੀ ਤੇ ਕੰਮ ਕੀ ਕਰਦੇ ਹੋ ਤੁਸੀਂ ਮੈਂ ਚਾਹੇ ਦੁਕਾਨ ਕਰਦਾ ਜੀ ਅੱਛਾ ਮੈਂ ਗ੍ਰਾਸਟ ਹੁੰਦਾ ਜੀ 15万 ਕਿੰਨੇ ਪੈਸੇ ਜਮ੍ਹਾਂ ਕਰਵਾਏ 54000 ਜੀ 54000 ਰੁਪਏ ਕਿਹੜੇ ਸਾਲ ਦੇ ਵਿੱਚ ਪਾਲਸੀ ਕਰਵਾਈ ਇਹ ਜੀ 2012 ਦੀ ਮੈਂ ਦੇਖ ਰਿਹਾ ਹਾਂ ਹਾਂ ਜੀ 2014 ਤੱਕ ਤੁਸੀਂ ਪੈਸੇ ਜਮ੍ਹਾਂ ਕਰਵਾਏ ਹਾਂਜੀ ਹਾਂਜੀ ਸਾਡੀ ਫੰਡ ਸਾਲ ਤੱਕ ਲਗਭਗ ਹਾਂਜੀ ਅੱਛਾ ਇਹ ਅੱਜ ਤੱਕ ਤੁਸੀਂ ਸੰਭਾਲੀਆਂ ਹੋਈਆਂ ਐ ਪੈਸਾ ਤੁਹਾਡਾ ਕਿਸੇ ਨੇ ਨਹੀਂ ਸੰਭਾਲਿਆ ਹੋਏਗਾ ਜਿਹੜੇ ਇੱਕ ਗਰੁੱਪ ਨੂੰ ਤੁਸੀਂ ਦਿੱਤਾ ਹਾਂਜੀ ਸਾਡੀ ਹੁਣ ਲੱਗਦਾ ਵੀ ਇਹ ਤੁਹਾਡੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਉਹ ਕਿਸੇ ਦੇ ਕੰਨ ਤੱਕ ਪਹੁੰਚੇਗੀ ਤੁਹਾਡੇ ਜਿਹੜੇ ਪੈਸੇ ਨੇ ਮਿਹਨਤ ਮੁਸ਼ਕਲ ਦੇ ਨਾਲ ਕਮਾਈ ਹੋਈ ਤੁਹਾਡੀ ਕਮਾਈ ਜਿਹੜੀ ਹੈ ਉਹ ਵਾਪਸ ਤੁਹਾਡੇ ਖਾਤੇ ਆ ਜਾਵੇਗੀ ਉਸਤਾਦ ਜੀ ਇਹ ਜਿਹੜੇ ਨਵੇਂ ਸਰਕਾਰ ਬਣੀ ਹੈ ਇਹ ਪ੍ਰਮਾਤਮਾ ਜੀ ਨੂੰ ਧੰਨਵਾਦ ਕਰਦੇ ਆ ਵੀ ਇਹਦੇ ਕੰਨ ਤੱਕ ਗੱਲ ਪਹੁੰਚੇ ਇਹਨਾਂ ਆਖਾਂ ਦੇ ਵਿੱਚ ਖੁੱਲਣ ਇਹਨਾਂ ਦੇ ਕੰਮ ਨੂੰ ਖੁੱਲਣਾ ਵੀ ਗਰੀਬ ਲੋਕਾਂ ਨਾਲ ਆ ਕੋਸ਼ਾ ਹੋ ਰਿਹਾ ਹੈ। ਤਾਂ ਸਰਕਾਰ ਨੇ ਕੁਛ ਨਹੀਂ ਕੀਤਾ, ਕੈਪਟਨਸ ਕਰਨੀ ਕੁਛ ਨਹੀਂ ਕੀਤਾ। ਇਹ ਹੀ ਸਰਕਾਰ ਤੱਕ ਸਾਡੀ ਨਾਲ ਹੈ ਵੀ ਇਹ ਸਰਕਾਰ ਸੱਚੀ ਹੈ, ਸੱਚ ਤੋਲੇਗੀ ਤੇ ਸੱਚ ਕਰਕੇ ਦਿਖਾਏਗੀ ਤੇ ਇਹ ਜੋ ਪੈਸਾ ਜਮ੍ਹਾਂ ਹੋਇਆ ਹੋਇਆ ਹੈ ਲੋਕਾਂ ਨੂੰ ਉਹਨਾਂ ਦਿਵਾਏਗੀ। ਠੀਕ ਹੈ। ਤੁਹਾ ਹਾਂ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਰਵੀਂਦਰ ਸਿੰਘ ਹੈ ਜੀ। ਅੱਛਾ ਤੁਹਾਡੀ ਕਿੰਨੇ ਪੈਸੇ ਜਮ੍ਹਾਂ ਹੋਏ ਨੇ ਕੁੱਲ? ਲੀਬਨ 60000 70000 ਰੁਪਏ ਹੈਗਾ ਜੀ। ਜਿੱਦਾਂ ਮੇਰੀਆਂ ਘਰ ਪਈਆਂ ਜੀ ਸਭੀਆਂ ਸਾਰੀਆਂ ਜੀ। ਹਾਂਜੀ। ਤੇ ਕੀ ਸੋਚ ਕੇ ਤੁਸੀਂ ਪੈਸੇ ਜਮ੍ਹਾਂ ਕਰਵਾਏ ਸੀ ਨਹੀਂ ਹੈ ਜੀ ਹੁਣ ਆਪਾਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਹੀ ਆਪਾਂ ਕਰਦੇ ਆਂ ਜੋ ਕੁਛ ਕਰਦੇ ਆਂ ਜੀ ਆਪਣੇ ਵਾਸਤੇ ਤਾਂ ਆਪਾਂ ਰੱਖਦੇ ਨਹੀਂ ਇਹ ਕੁਝ ਹੁਣ ਲੱਗਦੀ ਹੈ ਵੀ ਉਮੀਦ ਹਾਂ ਸਾਨੂੰ ਹੁਣ ਭਗਵੰਤ ਮਾਨ ਜੀ ਤੇ ਪੂਰੀ ਉਮੀਦ ਹੈ ਜੀ ਪਹਿਲਾਂ ਸਰਕਾਰਾਂ ਨੇ ਜੋ ਕੀਤਾ ਕੀਤਾ ਪਰ ਇਹਨਾਂ ਤੇ ਸਾਨੂੰ 100% ਉਮੀਦ ਆ ਵੀ ਸਾਡਾ ਕੰਮ ਸਾਡੀ ਗੱਲਬਾਤ ਜਰੂਰ ਸੁਣਨਗੇ ਜੀ ਬੱਬੂ ਤੁਹਾਡਾ ਕੀ ਨਾਮ ਹੈ ਮੇਰ ਸਿੰਘ ਜੀ ਮੇਰ ਸਿੰਘ ਜੀ ਕਿੰਨੀ ਉਮਰ ਹੈ ਤੁਹਾਡੀ 75 ਸਾਲ ਦੀ ਅਜੇ 75 ਸਾਲ ਦੀ ਉਮਰ ਹੈ ਅੱਜ ਤੱਕ ਰਸੀਦਾਂ ਸਾਂਭੀਆਂ ਹੋਈਆਂ ਹਨ ਪਾਲਿਸੀ ਕਦੋਂ ਕਰਵਾਈ ਸੀ ਤੁਸੀਂ ਇਹ ਇਹ ਜੋ ਚੱਲਿਆ ਇਹ ਕੰਮ ਉਹ ਕਰਾਉਣ ਲੱਗੇ ਸੀ ਇਹ ਬਗਾਰਾ 13 14 ਅੱਜ ਕੁੱਲ ਕਿੰਨੇ ਪੈਸੇ ਜਮ੍ਹਾਂ ਕਰਵਾਏ ਡੂੜੂ ਕਿਲਾ ਖਰ ਵੀ ਆ ਜੀ ਹੁਣ ਲੱਗਦੀ ਆ ਆਸ ਵੀ ਤੁਹਾਨੂੰ ਪੈਸੇ ਮਿਲਣਗੇ ਤੁਹਾਡੇ ਮੈਨੂੰ ਚਾਹੀਦੀ ਇਹਦਾ ਕੋਈ ਸੱਚਾ ਬੰਦਾ ਆ ਗਿਆ ਤਾਂ ਮਿਲ ਜਾਣਗੇ ਨਹੀਂ ਤਾਂ ਅੱਗੇ ਨੂੰ ਬੈਠੇ ਆਂਗੇ ਸ਼ਾਵਾ ਇਸੋ ਕਮੇਟੀ ਦੇ ਜਿਹੜੇ ਤੁਸੀਂ ਆਪਾਂ ਪ੍ਰਾਲਾ ਕਰਿਆਗਾ ਆਪੇ ਦਬਾਉਂਗੇ ਆਪੇ ਖੇਤਰਾ ਕਰੂਗੇ ਉਮੀਦ ਹੈ ਵੀ ਜਿਹੜਾ ਮਿਹਨਤ ਮੁਸ਼ਕਲ ਦਾ ਪੈਸਾ ਇਹਨਾਂ ਲੋਕਾਂ ਨੇ ਪਾਈ ਪਾਈ ਜੋੜੀ ਕੋਈ ਕਿਸਾਨੀ ਦੇ ਤ्रू ਜਿਨ੍ਹਾਂ ਨੇ ਪੈਸਾ ਜੋੜਿਆ ਹੈ ਤੇ ਕੋਈ ਦਿਹਾੜੀਆਂ ਲਗਾ ਲਗਾ ਆਪਣਾ ਜਿਹੜਾ ਪੈਸਾ ਜੋੜ ਰਿਹਾ ਸੀਗਾ ਆਪਣੇ ਭਵਿੱਖ ਨੂੰ ਸਵਾਰਣ ਦੇ ਲਈ ਤੇ ਉਮੀਦ ਕਰਦੇ ਆ ਕਿ ਜਿਹੜੀਆਂ ਗੱਲਾਂ ਇਹਨਾਂ ਲੋਕਾਂ ਨੇ ਕੀਤੀਆਂ ਜਿਨ੍ਹਾਂ ਨੇ ਪੈਸਾ ਦਿਵਾਣਾ ਹੈ ਉਹਨਾਂ ਦੇ ਕੰਨਾਂ ਤੱਕ ਪਹੁੰਚ ਗਈਆਂ ਹੋਣਗੀਆਂ ਕੈਮਰਾਮੈਨ ਜਤਿੰਦਰ ਨਾਲ ਅਮਨਦੀਪ ਸਿੰਘ এবੀਪੀ ਸੰਝਾ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ